に外れ。ジャッジダミちゃん。ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਹੋ, ਮੈਂ ਹਾਂ ਸਵਰਨ ਸਿੰਘ ਟਹਿਣਾ, ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ, ਅਤੇ ਮੇਰੇ ਨਾਲ ਨੇ ਮੈਡਮ ਹਰਮਨ ਸਿੰਘ ਹੋਰੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਹੱਸਦੇ ਕਿਉਂ? ਤੁਸੀਂ ਹੱਸਣਾ ਸੀ, ਉਸ ਤੋਂ ਪਹਿਲਾਂ ਮੈਂ ਹੱਸ ਪਿਆ। ਮੈਂ ਕਿਹਾ ਤੁਸੀਂ ਕਹੋਗੇ ਵੀ ਖਬਰ ਦੀ ਖਬਰ ਵਾਲਾ ਅੰਦਾਜ਼ ਆ ਇਹ, ਨਹੀਂ ਮੈਂ ਨਹੀਂ, ਚੱਜ ਦੇ ਵਿਚਾਰ ਦੇ ਵਿੱਚ ਕੁਛ ਬੈਠਾ ਇਹ। ਨਹੀਂ ਮੈਂ ਨਹੀਂ ਕਦੇ ਵੀ ਕਹਿੰਦੀ, ਹੁਣ ਉਲਟਾ ਅਸੀਂ ਤਾਂ ਤੁਹਾਨੂੰ ਸੱਦਾ ਪੱਤਰ ਆਪ ਭੇਜ ਕੇ ਚੱਜ ਦੇ ਵਿਚਾਰ ਦੇ ਵਿੱਚ ਬਿਠਾਇਆ। ਬਹੁਤ ਮਿਹਰਬਾਨੀ ਤੁਹਾਡੀ, ਤੁਹਾਡੀ ਮਿਹਰਬਾਨੀ ਹੈ ਜਿਨ੍ਹਾਂ ਨੇ ਇੰਨਾ ਕੀਮਤੀ ਸਮਾਂ ਕੱਢਿਆ ਤੇ ਸਾਡੀ ਗੁਜ਼ਾਰਿਸ਼ ਨੂੰ ਮੰਨਿਆ ਤੇ ਇੱਥੇ ਬੈਠ ਗਏ ਹੋ ਸਾਥ ਦੇਣ। ਦੇਖੋ ਜੀ, ਮੈਂ ਤੁਹਾਡਾ ਦਿਲੀ ਤੌਰ ਦੇ ਉੱਤੇ ਸ਼ੁਕਰਗੁਜ਼ਾਰ ਹਾਂ, ਸਾਰੇ ਦਰਸ਼ਕਾਂ ਦਾ ਵੀ। ਪਰ ਅੱਜ ਨਾ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਉਹਨੂੰ ਕੀ ਕਹਿੰਦੇ ਹੁੰਦੇ, ਸਸਪੈਂਸ, ਹਾਂ ਜਿਹਨੂੰ ਤੁਸੀਂ ਅੰਗਰੇਜ਼ੀ ਚ ਕਹਿੰਦੇ ਹੁੰਦੇ ਸਸਪੈਂਸ, ਯਾਨੀ ਕਿ ਇਹਨੂੰ ਆਪਾਂ ਇੱਕ ਉਤਸੁਕਤਾ, ਨਹੀਂ ਦੈਟਸ ਕਿਊਰਿਓਸਿਟੀ, ਕੀ ਕਿਊਰਿਓਸਿਟੀ, ਆਹੀ ਚਲੋ। ਤੇ ਅਸੀਂ ਨਾ ਉਹ ਬਰਕਰਾਰ ਰੱਖਣੀ ਹੈ, ਇੱਕ ਗੱਲ ਆ ਖਾਸਮ ਖਾਸ, ਉਹ ਅਸੀਂ ਅਖੀਰ ਦੇ ਉੱਤੇ ਜਾ ਕੇ ਖੋਲਾਂਗੇ। ਤੇ ਇਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਹੋਈ ਆ ਵੀ ਤੁਸੀਂ ਵੀ ਹਾਲੇ ਸਾਂਝੀ ਨਾ ਕਰਿਓ। ਬਿਲਕੁਲ, ਅਸੀਂ ਨਾ ਪੇਜ ਆ ਜਿਹੜਾ ਉਹ ਪਟਾਰੇ ਦੇ ਵਿੱਚੋਂ ਬਾਹਰ ਲੈ ਕੇ ਆਵਾਂਗੇ, ਤੇ ਖਬਰਾਂ ਦੇ ਉੱਤੇ ਸਾਂਝ ਜਿਵੇਂ ਰਸਮੀ ਤੌਰ ਦੇ ਉੱਤੇ ਹਰ ਰੋਜ਼ ਪਾਉਣੀ ਆ ਉਵੇਂ ਪਾਵਾਂਗੇ, ਉਵੇਂ ਲਗਾਤਾਰ ਪਾਵਾਂਗੇ, ਪਰ ਅਖੀਰ ਦੇ ਉੱਤੇ ਜਾ ਕੇ ਪੇਜ ਖੋਲ ਕੇ ਸੁਣਾਵਾਂਗੇ। ਉਦਾਹਰਣ ਲੈਣੀ ਹੋਏ ਤਾਂ ਤੁਸੀਂ ਇੱਕ ਮੀਂਹ ਦੀ ਬੂੰਦ ਨੂੰ ਵੇਖ ਲਓ, ਵੈਸੇ ਤਾਂ ਉਹ ਪਾਣੀ ਹੈ, ਪਰ ਜੇ ਉਹ ਕਿਤੇ ਸਿੱਪੀ ਦੇ ਵਿੱਚ ਪੈ ਜਾਏ ਤਾਂ ਉਹ ਮੋਤੀ ਬਣ ਜਾਂਦਾ। ਵਾਹ ਜੀ ਵਾਹ, ਕੀ ਬਾਤ ਹੈ, ਹੈਨਾ? ਸੋ ਹੈ ਤਾਂ ਮਤਲਬ ਜਦੋਂ ਉਸ ਪਾਣੀ ਦਾ ਸਾਥ ਸਿੱਪੀ ਦੇ ਨਾਲ ਬਣਦਾ ਤਾਂ ਉਹ ਮੋਤੀ ਬਣ ਜਾਂਦਾ, ਜਦੋਂ ਕਿਤੇ ਮਿੱਟੀ ਤੇ ਉਹ ਪੈ ਜਾਂਦੀ ਹੈ ਤਾਂ ਉਹੀ ਉਹ ਖਤਮ ਹੋ ਜਾਂਦਾ, ਹੈਨਾ? ਜਦੋਂ ਕਿਤੇ ਉਹ ਹਵਾ ਦੇ ਵਿੱਚ ਹੁੰਦੀ ਹੈ ਤਾਂ ਉਵੇਂ ਸਿਰਫ ਠੰਡਕ ਮਹਿਸੂਸ ਹੁੰਦੀ ਹੈ ਤੁਹਾਨੂੰ, ਤੇ ਉਦਾਂ ਕਦੇ ਨਹੀਂ ਤੁਹਾਨੂੰ ਉਹ ਦਿਖਦੀ ਜਦੋਂ ਕਿਤੇ ਕਿਹੜੀ ਚੀਜ਼ ਕਿੱਥੇ ਹੈ। ਇਹਦਾ ਬਹੁਤ ਵੱਡਾ ਮੁੱਲ ਹੁੰਦਾ ਤੁਹਾਡੇ ਕਹਿਣ ਦਾ ਭਾਵ ਇਹ ਹੈ, ਬਿਲਕੁਲ ਠੀਕ ਹੈ, ਕਿ ਕੋਈ ਚੀਜ਼ ਸੜਕ ਦੇ ਉੱਤੇ ਪਈ ਹੈ, ਉਹੀ ਚੀਜ਼ ਜਾ ਕੇ ਮੰਦਰ ਦੇ ਵਿੱਚ ਕਿਸੇ ਧਾਰਮਿਕ ਥਾਂ ਤੇ ਪਈ ਹੈ, ਉਹਦਾ ਰੂਪ ਆ ਜਿਹੜਾ ਉਹਦੇ ਪ੍ਰਤੀ ਸ਼ਰਧਾ ਆਸਥਾ ਮੁੱਲ ਉਹਦਾ ਵੱਧ ਜਾਂਦਾ, ਇੱਜ਼ਤ ਵੀ ਵੱਧ। ਸੜਕਾਂ ਦੇ ਉੱਤੇ ਕਈ ਵਾਰ ਨਾ ਮੈਂ ਮੂਰਤੀਆਂ ਬਣਦੀਆਂ ਦੇਖਦਾ, ਹਾਂਜੀ, ਜਲੰਧਰ ਤੋਂ ਜਦੋਂ ਆਪਾਂ ਫਗਵਾੜੇ ਜਾਂਦੇ ਹਾਂ ਖੱਬੇ ਪਾਸੇ ਸੜਕ ਦੇ ਉੱਤੇ ਝੇੜੂ ਪਿੰਡ ਦੇ ਕੋਲੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੂਰਤੀਆਂ ਬਣਾਉਂਦੇ ਹੁੰਦੇ, ਬੁੱਤ ਘਾੜੇ। ਅੱਛਾ ਜੀ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਬੁੱਤ ਘਾੜੇ ਵੀ ਹੈ ਤੇ ਉਹ ਮੂਰਤੀਆਂ ਨੂੰ ਰੰਗ ਰੋਗਣ ਵੀ ਕਰਦੇ, ਪਰ ਉੱਥੇ ਉਹ ਵੱਖ ਵੱਖ ਦੇਵੀ ਦੇਵਤਿਆਂ ਦੀਆਂ ਫੋਟੋਆਂ ਬਣਾਉਂਦੇ, ਜਦੋਂ ਮੂਰਤੀਆਂ ਬਣਾਉਂਦੇ ਆ ਉਦੋਂ ਤਾਂ ਉਹ ਸਧਾਰਨੀ ਹੈ, ਪਰ ਜਦੋਂ ਉਹ ਕਿਸੇ ਧਾਰਮਿਕ ਥਾਂ ਦੇ ਉੱਤੇ ਚੱਲੀਆਂ ਜਾਂਦੀਆਂ ਮੂਰਤੀਆਂ, ਫਿਰ ਉਹ ਭਗਵਾਨ ਬਣ ਜਾਂਦੀਆਂ। ਵਾਹ, ਇਹ ਉਹਦਾ ਜਿਵੇਂ ਤੁਸੀਂ ਗੱਲ ਕਹੀ ਨਾ ਮੀਂਹ ਦੀ ਕਣੀ ਹੈ ਜਿਹੜੀ ਬੂੰਦ ਆ ਜਿਹੜੀ, ਉਹ ਫਲਾਣੀ ਥਾਂ ਤੇ ਪਵੇ ਇਹਦਾ ਰੁਤਬਾ, ਫਲਾਣੀ ਥਾਂ ਤੇ ਪਵੇ ਤਾਂ ਆ ਬਣ ਜਾਂਦਾ। ਬਿਲਕੁਲ ਠੀਕ ਹੈ, ਇਸੇ ਕਰਕੇ ਆ ਵੀ ਚੀਜ਼ਾਂ ਦੇ ਮੁੱਲ ਤਾਂ ਸਮੇਂ ਦੇ ਨਾਲ ਵੱਧਦੇ ਘਟਦੇ ਰਹਿੰਦੇ ਆ, ਬੰਦੇ ਦਾ ਮੁੱਲ ਉਹਦੇ ਚੰਗੇ ਵਿਚਾਰਾਂ ਦੇ ਨਾਲ ਆ, ਤੇ ਜੇਕਰ ਚੰਗੇ ਵਿਚਾਰ ਹੋਣਗੇ ਤੁਸੀਂ ਭਾਵੇਂ ਸੱਥ ਦੇ ਵਿੱਚ ਬੈਠੇ ਹੋਵੋ, ਭਾਵੇਂ ਤੁਸੀਂ ਬਹੁਤ ਵੱਡੀ ਮੀਟਿੰਗ 'ਚ ਬੈਠੇ ਹੋਵੋ, ਭਾਵੇਂ ਤੁਸੀਂ ਆਪਣੇ ਸੱਜਣ ਸੁਹੇਲੜਿਆਂ 'ਚ ਬੈਠੇ ਹੋਵੋ, ਬੰਦੇ ਦੀ ਕੀਮਤ ਹਰ ਥਾਂ ਦੇ ਉੱਤੇ ਇੱਕੋ ਜਿਹੀ ਰਹਿੰਦੀ ਹੈ। ਬਿਲਕੁਲ ਠੀਕ ਹੈ, ਉਹ ਗੱਲ ਵੱਖਰੀ ਹੈ ਕਿ ਚਾਹੇ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਬੰਦੇ ਦਾ ਜਿਹੜਾ ਵਤੀਰਾ ਹੈ ਉਹ ਜ਼ਰੂਰ ਬਦਲਦਾ ਰਹਿੰਦਾ ਹੈ, ਕਿ ਦੋਸਤਾਂ 'ਚ ਉਹ ਆਪਣੇ ਦੋਸਤਾਂ ਦੀ ਤਰ੍ਹਾਂ ਹੀ ਵਰਤਦਾ ਹੈ, ਤੇ ਜਦੋਂ ਕਿਤੇ ਸਿਆਣੀ ਥਾਂ ਦੇ ਉੱਪਰ ਹੁੰਦਾ ਉਦੋਂ ਸਿਆਣੀਆਂ ਗੱਲਾਂ ਹੀ ਕਰਦਾ, ਸੋ ਇਹ ਵੀ ਬਹੁਤ ਜ਼ਿਆਦਾ ਇੱਕ ਸਮਝਣ ਵਾਲੀ ਗੱਲ ਹੈ। ਮੈਨੂੰ ਬਿਲਕੁਲ ਤੁਹਾਡੀ ਨਾਲ ਗੱਲ ਸਹੀ ਹੈ, ਮੈਂ ਕਿਤੇ ਗਿਆ ਸੀ, ਹਾਂਜੀ, ਤੇ ਉੱਥੇ ਆਪਾਂ ਹਰ ਕਿਸੇ ਦੇ ਨਾਲ ਬੁੱਕਲ ਨਹੀਂ ਨਾ ਖੋਲ ਸਕਦੇ, ਨਹੀਂ ਖੋਲ ਸਕਦੇ, ਹੁਣ ਉਹਨਾਂ ਸੱਜਣਾਂ ਦੇ ਵਿੱਚ ਜਿਹੜੇ ਨਵੇਂ ਮਿਲਦੇ ਆ ਉਹਨਾਂ ਦੇ ਨਾਲ ਤੁਹਾਨੂੰ ਉਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ, ਪਰ ਕਦੇ ਕਦੇ ਤੁਹਾਡਾ ਮਨ ਤਾਂ ਕਰਦਾ ਨਾ ਯਾਰ ਕਿ ਹੁਣ ਮੈਂ ਆਪਦੇ ਦੋਸਤਾਂ ਮਿੱਤਰਾਂ 'ਚ ਬੈਠ ਕੇ ਮਨ ਦੀ ਜਿਹੜੀ ਆ ਉਹ ਗੱਲ ਵੀ ਕਰਾਂ, ਕਿਉਂਕਿ ਮਨ ਤੋਂ ਬੱਚਾ ਹੈ, ਹਾਂ, ਦਿਲ ਤੋਂ ਬੱਚਾ। ਤੇ ਜਦੋਂ ਹਫਤਾ ਡੇਢ ਹਫਤਾ ਹੋਇਆ ਵੀ ਮੈਂ ਆਪਣੇ ਮਿੱਤਰਾਂ ਨੂੰ ਕਿਹਾ ਵੀ ਆਪਾਂ ਕਿਤੇ ਨਾ ਇਕੱਠੇ ਬੈਠ ਗਏ, ਹਾਂਜੀ, ਮੈਂ ਚੀਕ ਬੁਲਬੁਲੀ ਬਾਹਰ ਕੱਢਣੀ ਹੈ, ਮੈਂ ਕੋਈ ਰੌਲਾ ਰੱਪਾ ਪਾਵਾਂ, ਮਨ ਦੀਆਂ ਗੱਲਾਂ ਕਰਾਂ, ਵੀ ਰਸਮੀ ਦੀਆਂ ਗੱਲਾਂ ਕਰ ਕਰਕੇ ਮੈਂ ਉਕਤਾ ਗਿਆ, ਹਾਂ, ਬੋਰ ਹੋ ਗਿਆ, ਹਾਂ, ਉਕਤਾ ਗਿਆ, ਉਕਤਾ ਗਿਆ, ਹਾਂ, ਬਿਲਕੁਲ, ਫਿਰ ਚੀਕ ਬੁਲਬੁਲੀ ਕੱਢੀ, ਫਿਰ ਸ਼ਾਂਤ ਹੋਇਆ। ਹਾਂਜੀ, ਆਪਾਂ ਨਾ ਹੁਣ ਗੱਲ ਕਰਦੇ ਹਾਂ ਜਹਾਜ਼ ਦੀ, ਕੈਮਰੇ 'ਚ ਵੇਖ ਕੇ ਕਰੋ, ਆਪਾਂ ਗੱਲ ਕਰਦੇ ਹਾਂ ਜਹਾਜ਼ ਦੀ, ਹਾਂ, ਹੁਣ ਕਰੋ। ਜਹਾਜ਼ ਦੀ ਜਿਹੜੀ ਗੱਲ ਹੈ ਉਹ ਬੜੀ ਹੈਰਾਨੀ ਵਾਲੀ ਹੈ, ਕਿਉਂ ਕੀ ਹੋਇਆ, ਜਹਾਜ਼ ਤਾਂ ਉੱਡਦਾ ਹੈ, ਜਦੋਂ ਤੁਸੀਂ ਸਕੂਟਰੀ ਘਰੋਂ ਕੱਢਦੇ ਹੋ ਬਾਹਰ, ਉਹਦੇ ਵਿੱਚ ਕੀ ਕੀ ਚੀਜ਼ਾਂ ਦੇਖਦੇ ਹੋ? ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਨੂੰ ਸਾਫ਼ ਕਰਦੀ ਹਾਂ, ਉਸ ਬਾਅਦ ਆਪਣਾ ਹੈਲਮਟ ਵੇਖਦੀ ਹਾਂ ਕਿ ਵਿੱਚ ਹੋਵੇ, ਉਸ ਤੋਂ ਬਾਅਦ ਲਾਈਟ, ਕਿਉਂਕਿ ਰਾਤ ਨੂੰ ਜਦੋਂ ਜਾਂਦੇ ਹਾਂ ਤਾਂ ਲਾਈਟ ਔਨ ਹੁੰਦੀ ਹੈ, ਫਿਰ ਲਾਈਟ ਆਫ ਕਰਨੀ ਹੁੰਦੀ ਹੈ, ਮੈਂ ਇਹ ਸਾਰਾ ਕੁਛ ਮੈਂ ਉਹਨੂੰ ਸਟਾਰਟ ਕਰਕੇ ਕਰਦੀ ਹਾਂ ਤਾਂ ਜੋ ਥੋੜ੍ਹੀ ਗਰਮ ਹੋ ਜਾਵੇ, ਹੈਨਾ? ਉਸ ਤੋਂ ਬਾਅਦ ਲਾਈਟ ਜਗਾ ਕੇ ਬੁਝਾ ਕੇ ਬੱਤੀ ਦੇਖਦੇ? ਨਹੀਂ ਨਹੀਂ ਨਹੀਂ, ਜਗਾ ਕੇ ਬੁਝਾ ਕੇ ਨਹੀਂ, ਜਦੋਂ ਰਾਤ ਨੂੰ ਜਾਂਦੇ ਹਾਂ ਤਾਂ ਲਾਈਟ ਆਲਰੇਡੀ ਜਗ ਰਹੀ ਹੁੰਦੀ ਹੈ। ਆਲਰੇਡੀ ਕਿਉਂ? ਅੱਗੇ ਹੀ ਜਗ ਰਹੀ ਹੁੰਦੀ ਹੈ, ਤੇ ਜਦੋਂ ਮੈਂ ਫਿਰ ਉਹਨੂੰ ਬਾਹਰ ਕੱਢਦੀ ਹਾਂ, ਪਹਿਲਾਂ ਗਰਾਜ 'ਚੋਂ, ਗਰਾਜ 'ਚੋਂ ਪਰਛੱਤੀ 'ਚੋਂ, ਪਰਛੱਤੀ ਤਾਂ ਉੱਪਰ ਹੁੰਦੀ ਹੈ,
ਤੇ ਥੱਲੇ ਵੀ ਲੈ ਸਕਦੇ ਹਮੇਸ਼ਾ ਹਰ ਚੀਜ਼ ਕੋਲ ਹੱਥ ਥੋੜੀ ਰੱਖਣੀ ਹੈ। ਹਾਂ ਪਰ ਜਦੋਂ ਮੈਂ ਉਹਨੂੰ ਉਹਦੇ ਕਮਰੇ ਦੇ ਵਿੱਚੋਂ ਬਾਹਰ ਕੱਢਦੀ ਹਾਂ, ਸਭ ਤੋਂ ਪਹਿਲਾਂ ਮੈਂ ਉਹਨੂੰ ਸਟਾਰਟ ਕਰਦੀ ਹਾਂ, ਉਹਨੂੰ ਚਾਲੂ ਕਰਦੀ ਹਾਂ, ਉਸ ਤੋਂ ਬਾਅਦ 'ਚ ਉਹਦੀ ਬੱਤੀ ਬੰਦ ਕਰਦੀ ਹਾਂ ਕਿਉਂਕਿ ਰਾਤ ਨੂੰ ਜੋ ਲੇਟ ਜਾਂਦੇ ਬੱਤੀ ਜਗ ਰਹੀ ਹੁੰਦੀ ਆ, ਉਹਨੂੰ ਬੰਦ ਕਰਦੀ ਹਾਂ, ਫਿਰ ਕੱਪੜਾ ਕੱਢ ਕੇ ਉਹਨੂੰ ਸਾਫ਼ ਕਰਦੀ ਹਾਂ, ਫਿਰ ਵਿੱਚ ਹੈਲਮੇਟ ਵੇਖਦੀ ਹਾਂ ਅਤੇ ਫਿਰ ਉਹਦਾ ਤੇਲ ਚੈੱਕ ਕਰਦੀ ਹਾਂ, ਤੇਲ ਵੇਖਦੀ ਹਾਂ। ਹਾਂ ਅਤੇ ਤੇਲ ਜਦੋਂ ਮੁੱਕਣ ਵਾਲਾ ਹੁੰਦਾ ਹਾਂਜੀ ਤੇ ਫਿਰ ਉਦੋਂ ਕਿੰਨਾ ਕੁ ਬਾਕੀ ਹੁੰਦਾ ਜਦੋਂ ਤੁਸੀਂ ਸੋਚਦੇ ਹੋ ਵੀ ਪੰਪ ਨੇੜੇ ਆ ਜੇ ਫਿਰ ਤੇਲ ਭਰਵਾ ਲਾਂ ਇਹਦੇ 'ਚ? ਦੇਖੋ ਮੈਂ ਨਾ ਕਿਉਂਕਿ ਮੇਰੇ ਨਾਲ ਇੱਕ ਵਾਰ ਰੋੜਨ ਰੜਨ ਦੀ ਨੌਬਤ ਵੀ ਆਈ ਕਿ ਇੱਕ ਵਾਰੀ ਇੱਦਾਂ ਹੋਇਆ ਕਿ ਮੈਨੂੰ ਰੋੜਨ ਦੀ ਤਾਂ ਨਹੀਂ, ਖੈਰ ਮੈਂ ਆਪਣੇ ਪਿਤਾ ਜੀ ਨੂੰ ਫੋਨ ਕੀਤਾ, ਉਹ ਆਏ ਤੇਲ ਲੈ ਕੇ ਤੇ ਪਾ ਦਿੱਤਾ, ਪਰ ਇੱਕੋ ਵਾਰੀ ਹੋਇਆ। ਉਸ ਤੋਂ ਬਾਅਦ 'ਚ ਮੈਂ ਹਮੇਸ਼ਾ ਉਹ ਧਿਆਨ ਰੱਖਦੀ ਜਦੋਂ ਕਿਤੇ ਉਹ, ਕਿਉਂਕਿ ਉਹ ਇੱਦਾਂ ਡੱਬੇ ਡੱਬੇ 'ਚ ਬਣੇ ਹੁੰਦੇ ਆ ਨਾ ਸਕੂਟੀ ਦੇ ਉੱਪਰ, ਤਾਂ ਇੱਦਾਂ ਉਹ ਵਾਈਟ ਵਾਈਟ ਜੇ ਤੇ ਰੈੱਡ ਚਿੱਟੇ ਚਿੱਟੇ ਜੇ ਤੇ ਲਾਲ ਲਾਲ, ਹਨਾ, ਜਦੋਂ ਫੁੱਲ ਹੋਣੀ ਹੈ ਤਾਂ ਜਦੋਂ ਖਤਮ ਹੋਣ ਵਾਲੀ ਹੁੰਦੀ ਹੈ ਉਦੋਂ ਲਾਲ ਡੱਬੇ 'ਤੇ ਸੂਈ ਆ ਜਾਂਦੀ ਹੈ, ਤਾਂ ਉਹ ਸੂਈ ਮੈਂ ਜਦੋਂ ਇੱਕ ਚਿੱਟਾ ਡੱਬਾ ਪੂਰਾ ਰਹਿ ਜਾਂਦਾ ਮੈਂ ਉਦੋਂ ਤੇਲ ਪਵਾ ਲੈਂਦੀ ਹਾਂ। ਬਹੁਤ ਵਧੀਆ ਗੱਲ, ਜੋ ਪੂਰਾ ਨਾ ਮੁੱਕੇ। ਦੇਖੋ ਜੀ ਇਹ ਨਾ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਆ ਜਿਵੇਂ ਤੁਸੀਂ ਕਰਦੇ ਹੋ। ਇੱਕ ਵਾਰੀ ਮੈਂ ਵੀ ਇਸ ਚੱਕਰ 'ਚ ਫਸ ਗਿਆ ਸੀ, ਮੈਂ ਕਿਹਾ ਵੀ ਹਾਲੇ ਤੇਲ ਹੈਗਾ ਹੀ ਆ, ਹਾਂਜੀ ਉਹ ਕਿਤੇ ਸੂਟੇ ਵੱਧ ਮਾਰ ਗਿਆ ਹੋਣਾ ਜਾਂ ਕਿਤੇ ਮੈਂ ਹੀ ਵੱਧ ਸਫ਼ਰ ਕਰ ਲਿਆ, ਪਤਾ ਨਹੀਂ, ਤੇ ਮੇਰਾ ਖਿਆਲ ਨਹੀਂ ਰਿਹਾ। ਬਾਅਦ ਦੇ ਵਿੱਚ ਮੋਟਰਸਾਈਕਲ ਕਵੇ ਵੀ ਤੂੰ ਮੈਨੂੰ ਖਿੱਚ ਤੇ ਮੈਂ ਕਹਾਂ ਮੋਟਰਸਾਈਕਲ ਨੂੰ ਵੀ ਤੂੰ ਮੈਨੂੰ ਖਿੱਚ। ਅੱਛਾ, ਤੇ ਇੱਕ ਸਭ ਤੋਂ ਵੱਡਾ ਪੰਗਾ ਪੈਂਦਾ ਹੁੰਦਾ ਜਦੋਂ ਮੋਟਰਸਾਈਕਲ ਪੈਂਚਰ ਹੋ ਜਾਏ ਨਾ, ਓਏ ਹੋਏ, ਰੇੜਨਾ ਵੀ ਬੜਾ ਔਖਾ ਹੁੰਦਾ। ਉਹ ਸਹੀ ਗੱਲ ਆ, ਉਹ ਤਾਂ ਰੇੜਨਾ ਵੀ ਬੜਾ ਔਖਾ, ਬਹੁਤ ਔਖਾ ਰੇੜਨਾ। ਮੈਂ ਦੋ ਤਿੰਨ ਵਾਰੀ ਰੇੜਿਆ ਫਿਰ ਮੈਂ ਟਾਇਰ ਹੀ ਪਵਾ ਲਿਆ, ਮੈਂ ਕਿਹਾ ਯਾਬੀ ਨੂੰ ਵੇੜੋ। ਟੱਚ ਵੁੱਡ, ਮੈਨੂੰ ਨਹੀਂ ਕਦੀ ਇਦਾਂ ਹੀ ਨੌਬਤ ਆਈ। ਲੱਕੜ ਛੋ, ਜਹਾਜ਼ ਦੇ ਅਮਲੇ ਫੈਲੇ ਨੂੰ ਚੇਤੇ ਆਇਆ ਵੀ ਤੇਲ ਤਾਂ ਪਵਾਇਆ ਹੀ ਨੀ। ਹਾਂਜੀ, ਜਹਾਜ਼ ਸੀ ਕਿ ਸਕੂਟਰੀ ਸੀ? ਸਕੂਟਰੀ ਤੁਸੀਂ ਐ ਕਰਦੇ ਹੋ, ਆਪੇ ਕਿਥੇ ਡਿਆ? ਨਹੀਂ ਮਤਲਬ ਫੇਰ ਵੀ ਕਿ ਜਿਹੜਾ ਐਡੇ ਸਾਰੇ ਜਹਾਜ਼ ਨੂੰ ਤੋਰਨ ਤੋਂ ਪਹਿਲਾਂ ਚੇਤਾ ਹੀ ਭੁੱਲ ਗਿਆ ਤੁਹਾਨੂੰ ਕਿ ਤੁਸੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਦੁਬਈ ਵੱਲ ਜਾਣੀ ਸੀਗੀ ਤੇ ਉਡਾਣ ਤੇ ਉਹਦਾ ਜਦੋਂ ਸਾਰਾ ਅਮਲਾ ਫੈਲਾ ਬੈਠਾ ਸੀਗਾ, ਜਦੋਂ ਸਾਰੇ ਵਿੱਚ ਮੁਸਾਫਰ ਬੈਠ ਗਏ, ਸਾਰੀ ਉਹਨਾਂ ਦੀ ਸੁਰੱਖਿਆ ਚੈੱਕ ਹੋ ਗਈ, ਬਾਕੀ ਸਾਰਾ ਕੁਝ ਹੋ ਗਿਆ, ਪਰ ਜਦੋਂ ਪਹਿਲਾ ਟਾਇਰ ਚੱਕਿਆ ਰਨਵੇ ਦੇ ਉੱਤੇ ਜਹਾਜ਼ ਭੱਜ ਪਿਆ ਸੀਗਾ ਤੇ ਨਾਲ ਦੀ ਨਾਲ ਚੇਤੇ ਆਇਆ ਵੀ ਆਹ ਕੀ ਗੱਲ ਬਣ ਗਈ, ਉੱਤੇ ਤਾਂ ਪੈਟਰੋਲ ਪੰਪ ਵੀ ਨਹੀਂ ਹੁੰਦਾ ਗਾ। ਬਿਲਕੁਲ ਠੀਕ ਹੈ। ਤੇ ਇਸ ਕਰਕੇ ਉਹਨਾਂ ਨੇ ਨਾਲ ਦੀ ਨਾਲ ਫਿਰ ਮੋੜਿਆ ਜਹਾਜ਼ ਤੇ ਉੱਥੇ ਲਾਇਆ ਫਿਰ ਜਾ ਕੇ ਅੱਡੇ ਦੇ ਵਿੱਚ ਤੇ ਫਿਰ ਉੜ ਚ ਤੇਲ ਭਰਵਾਇਆ। ਜੇ ਕਿਤੇ ਰਾਹ ਚ ਮੁੱਕ ਜਾਂਦਾ ਉਹ ਤਾਂ ਰੁੜਨਾ ਵੀ ਨਹੀਂ ਸੀ। ਅਸਲ ਦੇ ਵਿੱਚ ਫਿਰ ਤੇਲ ਨਹੀਂ, ਫਿਰ ਕਈ ਜਾਨਾਂ ਜ਼ਿੰਦਗੀਆਂ ਮੁੱਕਣੀਆਂ ਸੀ। ਬਿਲਕੁਲ ਠੀਕ ਹੈ। ਛੋਟੀ ਜੀ ਅਣਗਹਿਲੀ ਵੇਖੋ ਕਿੱਥੋਂ ਤੱਕ ਜਾਣੀ ਸੀ ਵੀ ਤੁਸੀਂ, ਪਤਾ ਨਹੀਂ ਇੰਨੀ ਅਣਗਹਿਲੀ ਹੋ ਕਿਵੇਂ ਸਕਦੀ। ਜਹਾਜ਼ਾਂ ਦੇ ਜਿਹੜੇ ਹੈਗੇ ਨਾ ਅਮਲੇ ਫੈਲੇ ਨਾਲ ਜੁੜੇ ਲੋਕ ਉਹ ਅਕਸਰ ਹੁਣ ਬਹੁਤ ਸਾਰੀਆਂ ਗਲਤੀਆਂ ਕਰਦੇ। ਬਿਲਕੁਲ ਠੀਕ। ਜਹਾਜ਼ਾਂ ਦੀ ਗਿਣਤੀ ਵੀ ਵਧ ਗਈ, ਲੋਕ ਸਫ਼ਰ ਕਰਨ ਵਾਲੇ ਜਿਹੜੇ ਉਹਨਾਂ ਦੀ ਵੀ ਗਿਣਤੀ ਵਧੀ ਹੈ ਤੇ ਗਲਤੀਆਂ ਦੀ ਗਿਣਤੀ ਵੀ ਵਧ ਗਈ ਹੈ। ਬਿਲਕੁਲ। ਇਸ ਕਰਕੇ ਅਹਿਤਿਆਤ ਦੇ ਤੌਰ ਦੇ ਉੱਤੇ ਸਾਨੂੰ ਪ੍ਰਬੰਧ ਕਰਨੇ ਚਾਹੀਦੇ ਆ। ਜਿਹੜੀ ਘਟਨਾ ਵਾਪਰਨ ਲੱਗੀ ਸੀ ਇਹ ਨਹੀਂ ਵਾਪਰੀ, ਇਸ ਗੱਲ ਦੀ ਤਸੱਲੀ ਹੈ ਤੇ ਭਵਿੱਖ ਦੇ ਵਿੱਚ ਇਹੋ ਜਿਹੀ ਗਲਤੀ ਕਦੇ ਨਾ ਹੋਵੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਇਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਸਿਰਫ ਇੱਕ ਇਕੱਲਾ ਪਾਇਲਟ ਹੀ ਉਹਦੇ 'ਚ ਸਫ਼ਰ ਨਹੀਂ ਕਰ ਰਿਹਾ, ਉਹਦੇ ਪਾਇਲਟ ਦੇ ਹੱਥ ਦੇ ਵਿੱਚ ਕਿੰਨੇ 100 ਜਣਿਆਂ ਦੀ ਜਿਹੜੀ ਜਾਨ ਹੈ, ਹਨਾ, ਜ਼ਿੰਦਗੀ ਹੈ, ਤੇ ਉਹਨਾਂ ਸਾਰਿਆਂ ਦਾ ਧਿਆਨ ਰੱਖ ਕੇ ਤੇ ਫਿਰ ਕੋਈ ਕਦਮ ਚੁੱਕਣਾ ਚਾਹੀਦਾ। ਇਹ ਨਹੀਂ ਵੀ ਅੱਧੇ ਰਾਹ ਪਹੁੰਚ ਗਏ ਚੇਤਾ ਉਹ ਤੇਲ ਨਹੀਂ ਪਵਾਇਆ, ਮੁੜ ਕੇ ਕਿਤੇ ਸਮੁੰਦਰ ਦੇ ਉੱਪਰ ਕਿਤੇ ਹੋਰ ਜਾ ਰਹੇ ਹੁੰਦੇ, ਸਮੁੰਦਰ ਦੇ ਉੱਪਰ ਜਾ ਕੇ ਚੇਤਾ ਉਹਨਾਂ ਵੀ ਤੇਲ ਮੁੱਕਣ ਵਾਲਾ, ਤੇਲ ਹੈ ਨਹੀਂ, ਤੇ ਫਿਰ ਕੀ ਕਰਦੇ, ਹਨਾ? ਬਿਲਕੁਲ। ਪਤਾ ਨਹੀਂ ਕਿਵੇਂ ਅਣਗਹਿਲੀ ਹੋ ਜਾਂਦੀ ਹੈ। ਜੱਜ ਦਾ ਵਿਚਾਰ। ਹਰਮਨ ਜੀ, ਆਪਾਂ ਖੁਲਾਸਾ ਬਾਅਦ ਚ ਕਰਾਂਗੇ ਵੀ ਕੀ ਖਾਸਮ ਖਾਸ ਗੱਲ ਆ। ਕੈਮਰੇ ਚ ਵੇਖ ਕੇ ਕਹੋ। ਹਰਮਨ ਜੀ ਦੇ ਮੁਤਲਕ ਨਹੀਂ ਮੈਂ ਗੱਲ ਕਰਦਾ, ਪਰ ਅਸੀਂ ਇੱਕ ਖੁਲਾਸਾ ਕਰਨਾ, ਉਹਦੇ ਬਾਬਤ ਬਾਅਦ ਦੇ ਵਿੱਚ ਜਾਣਕਾਰੀ ਦੇਵਾਂਗੇ। ਹਾਂਜੀ, ਪਹਿਲਾਂ ਅਸੀਂ ਇੱਕ ਹੋਰ ਗੱਲ ਕਰਦੇ ਆ। ਔਰਤ ਨੂੰ ਕੁੱਟਣ ਵਾਲਾ ਜਿਹੜਾ ਡਾਕਟਰ ਆ, ਮੇਰੇ ਖਿਆਲ ਕੁਸ਼ਲਦੀਪ ਕੁਛ ਐਵੇਂ ਨਾਮ, ਡਾਕਟਰ ਕੁਸ਼ਲਦੀਪ ਸਿੰਘ, ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਇਹ ਮਾਮਲਾ। ਪਿਛਲੇ ਦਿਨੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਡਾਕਟਰ ਗੁੱਤੋਂ ਫੜ ਕੇ ਇੱਕ ਔਰਤ ਨੂੰ ਉਹਦੇ ਚਪੇੜਾਂ ਵੀ ਮਾਰ ਰਿਹਾ ਤੇ ਇੱਕ ਬੰਦਾ ਵੀਡੀਓ ਵੀ ਬਣਾਈ ਜਾਂਦਾ, ਪੁਲਿਸ ਵਾਲੇ ਡਰਨਾ ਬਣ ਕੇ ਖੜੇ ਆ, ਰੋਕਦੇ ਵੀ ਨਹੀਂ ਟੋਕਦੇ ਵੀ ਨਹੀਂ। ਹੁਣ ਇਹ ਮਾਮਲਾ ਬਹੁਤ ਵੱਡਾ ਬਣ ਗਿਆ, ਡਾਕਟਰ ਦੇ ਸਹੁਰੇ ਘਰ ਦੇ ਵਿੱਚ ਛਾਪਾ ਮਾਰਿਆ ਪੁਲਿਸ ਨੇ, ਡਾਕਟਰ ਲੱਭਦਾ ਹੀ ਨਹੀਂ, ਉਹ ਕਿੱਥੋਂ ਲੱਭਣਾ, ਉੱਡਣ ਸ਼ੁਰੂ ਹੋ ਗਿਆ ਉਹ। ਤੇ ਹੁਣ ਨਹੀਂ ਮੁੜਦੇ ਯਾਰ ਨੀ ਚੰਡੀਗੜ੍ਹ ਵਾਲੀਏ। ਔਰਤ ਦੇ ਨਾਲ ਜਿਹੜੀ ਉਹਨੇ ਬਦਸਲੂਕੀ ਕੀਤੀ ਹੈ, ਬਹੁਤ ਮਾੜੀ ਗੱਲ, ਤੌਰ ਦੇ ਉੱਤੇ ਉਹਦੇ ਬਹੁਤ ਖਿਲਾਫ ਹਾਂ ਮੈਂ, ਆਪ ਖਿਲਾਫ। ਇੱਕ ਦਿਨ ਆਪਾਂ ਅੱਗੇ ਵੀ ਗੱਲ ਕੀਤੀ ਸੀ ਇਸੇ ਖਬਰ ਦੇ ਉੱਤੇ, ਟਿੱਪਣੀ ਕਰਦੇ ਆ ਵੀ ਹੋ ਸਕਦਾ ਔਰਤ ਨੇ ਕੋਈ ਗਲਤੀ ਕੀਤੀ ਹੋਵੇ, ਜੋ ਮਰਜ਼ੀ ਕੀਤਾ ਹੋਵੇ, ਅਪਸ਼ਬਦ ਬੋਲਿਆ ਹੋਵੇ, ਡਾਕਟਰ ਨੂੰ ਕੋਈ ਬੰਦਾ ਚੰਗਾ ਕੁਝ ਵੀ ਕਹਿਤਾ, ਕੋਈ ਚੋਰੀ ਕੀਤੀ ਹੋਵੇ, ਕੁਝ ਵੀ ਹੋਵੇ, ਪਰ ਇਸ ਤਰੀਕੇ ਨਾਲ ਔਰਤ ਨੂੰ ਕੁੱਟਣਾ
ਜਨਤਕ ਥਾਂ ਦੇ ਉੱਤੇ ਵੀ ਤੇ ਘਰ ਦੇ ਵਿੱਚ ਵੀ ਮਾੜੀ ਗੱਲ ਆ। ਦੇਖੋ ਪਰ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਆ ਵੀ ਉਹ ਔਰਤ ਆ ਜਿਹੜੀ ਇਸੇ ਹਸਪਤਾਲ ਦੇ ਵਿੱਚ ਸਫਾਈ ਦਾ ਕੰਮ ਕਰਦੀ ਆ 3 ਸਾਲ ਤੋਂ, ਉਹ ਡਾਕਟਰ ਨੂੰ ਕਹਿੰਦੀ ਸੀ ਵੀ ਮੇਰੀ ਤਨਖਾਹ ਦੇ ਵਿੱਚ ਵਾਧਾ ਕਰ ਦਿਓ। ਇੱਕ ਉਹਦਾ ਕੰਨ ਦੁਖਦਾ ਸੀ, ਉਹ ਹੁੰਦੇ ਨਾ ENT ਵਾਲੇ, ਕੀ ENT ਵਾਲੇ, ENT ਵਾਲੇ, ਹਾਂ ਇਹ ਵੀ ਨੱਕ ਕੰਨ ਦੇ ਮਾਹਰ ਜਿਹੜੇ ਹੁੰਦੇ, ਹਾਂਜੀ ਹਾਂਜੀ, ਤੇ ਉਹਨਾਂ ਨੱਕ ਕੰਨ ਗਲਾ ਮੇਰੇ ਖਿਆਲ ਨਾਲ, ਹਾਂ ਚਲੋ ਹਾਂਜੀ, ਮਤਲਬ ਮਾਹਰ ਡਾਕਟਰ ਹੁੰਦੇ ਨੇ ENT ਵਾਲੇ, ਹਾਂਜੀ। ਤੇ ਉਹ ਔਰਤ ਕਹਿੰਦੀ ਸੀ ਵੀ ਮੇਰੇ ਕੰਨ ਦੇ ਵਿੱਚ ਵੀ ਕੋਈ ਦਰਦ ਹੈਗੀ ਆ ਤੇ ਇਹਦੇ ਚ ਕੋਈ ਨੁਕਸ ਹੈ, ਇਹਨੂੰ ਠੀਕ ਕਰ ਦਿਓ, ਦਵਾਈ ਦੇ ਦਿਓ। ਪਰ ਅੱਗੋਂ ਉਹ ਆਨਾ ਕੰਨ ਹੀ ਕਰਦਾ ਸੀ, ਇੱਕ ਤਨਖਾਹ ਵਧਾਉਣ ਦੀ ਗੱਲ ਕਰਦੀ ਸੀ। ਇਸ ਕਰਕੇ ਡਾਕਟਰ ਪਤਾ ਨਹੀਂ ਘਰੋਂ ਕਲ ਪਿਆ ਸੀ ਜਾਂ ਕੋਈ ਹੋਰ ਗੱਲ ਹੈ ਜਿਹਦੇ ਕਰਕੇ ਉਹਨੇ ਇਹ ਸਾਰਾ ਕੁਝ ਕੀਤਾ, ਪਰ ਜੋ ਕੁਝ ਉਹਨੇ ਕੀਤਾ ਉਹਦਾ ਸਨਮਾਨ ਬਹੁਤ ਵੱਡਾ ਮਿਲਿਆ ਉਹਨੂੰ। ਦੇਖੋ ਗੱਲ ਇਹ ਹੈ ਵੀ ਪਹਿਲਾਂ ਤਾਂ ਨਾ ਮੈਂ ਪਤਾ ਨਹੀਂ ਕਿਉਂ, ਹੋ ਸਕਦਾ ਵੀ ਮੈਨੂੰ ਕਈ ਜਣੇ ਗਲਤ ਕਹਿਣ, ਪਰ ਮੈਂ ਜਿਸ ਹਿਸਾਬ ਦੇ ਨਾਲ ਉਹ ਵੀਡੀਓ ਵੇਖੀ, ਮੈਂ ਬਾਰ ਬਾਰ ਉਸ ਵੀਡੀਓ ਨੂੰ ਵੇਖਿਆ, ਤੇ ਜੋ ਮੈਨੂੰ ਸਮਝ ਆਉਂਦਾ, ਇਹ ਮੇਰੇ ਆਪਣੇ ਨਿੱਜੀ ਵਿਚਾਰ ਨੇ, ਜੋ ਮੈਨੂੰ ਸਮਝ ਆਉਂਦਾ ਉਹ ਇਹ ਹੈ ਕਿ ਗੱਲ ਕੋਈ ਇੰਨੀ ਨਿੱਕੀ ਨਹੀਂ ਹੋ ਸਕਦੀ ਜਿਸ ਹਿਸਾਬ ਦੇ ਨਾਲ ਉਹ ਬੰਦਾ ਉਹਨੂੰ ਕੁੱਟ ਰਿਹਾ। ਕੁੱਟਣਾ ਬਹੁਤ ਮਾੜੀ ਗੱਲ ਹੈ, ਬਹੁਤ ਬੁਰੀ ਤਰ੍ਹਾਂ ਨਾਲ ਉਹ ਕੁੱਟ ਰਿਹਾ, ਪਰ ਮੈਨੂੰ ਇਹ ਨਹੀਂ ਲੱਗਦਾ ਵੀ ਇੰਨੀ ਨਿੱਕੀ ਜਿਹੀ ਗੱਲ ਦੇ ਪਿੱਛੇ ਇੰਨੀ ਬੁਰੀ ਤਰ੍ਹਾਂ ਕੁੱਟ ਰਿਹਾ। ਨਹੀਂ, ਮੈਂ ਤਾਂ ਪਹਿਲਾਂ ਹੀ ਗੱਲ ਕਹਿਤੀ ਵੀ ਹੋ ਸਕਦਾ ਜਿਹੜਾ ਹੁਣ ਮਾਮਲਾ ਸਾਹਮਣੇ ਆਇਆ ਵੀ ਉਹ ਤਨਖਾਹ ਵਧਾਉਣਾ ਚਾਹੁੰਦੀ ਸੀ, ਡਾਕਟਰ ਨੂੰ ਕਹਿੰਦੀ ਸੀ, ਪਰ ਡਾਕਟਰ ਤਨਖਾਹ ਵਧਾਉਣ ਦੇ ਉਲਟ ਸੀ। ਜਾਂ ਕੋਈ ਹੋਰ ਚੱਕਰ ਵੀ ਹੋ ਸਕਦਾ, ਪਰ ਜੋ ਮਰਜ਼ੀ ਹੋਵੇ, ਜੋ ਮਰਜ਼ੀ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ, ਨਿੱਜੀ ਹੋਵੇ ਜਾਂ ਜਨਤਕ ਕਰਨ ਵਾਲਾ ਹੋਵੇ, ਉਹ ਉਹਨਾਂ ਦੀ ਮਰਜ਼ੀ ਆ। ਪਰ ਇਸ ਤਰੀਕੇ ਨਾਲ ਕੁੱਟਣਾ ਇਹ ਤਾਂ ਗੈਰ ਵਾਜਬ, ਇਹ ਗਲਤ ਗੱਲ ਹੈ। ਇਸੇ ਕਰਕੇ ਹੁਣ ਵੇਲਾ ਰਹਿੰਦਿਆਂ ਇਸ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਨੌਕਰੀ ਤੋਂ, ਤੇ ਡਾਕਟਰ ਹੁਣ ਘਰ ਦੇ ਵਿੱਚ ਬੈਠ ਕੇ ਆਪਣੀ ਗਲਤੀ ਦੇ ਉੱਤੇ ਪਛਤਾਵਾ ਕਰੇ, ਤੇ ਜਾਂ ਫਿਰ ਉਹ ਹੁਣ ਆਪਣੀ ਕੋਈ ਨਿੱਜੀ ਦੁਕਾਨ ਖੋਲੂਗਾ ਲੋਕਾਂ ਨੂੰ ਠੀਕ ਕਰਨ ਵਾਲੀ। ਸਿਰਫ ਮੂਕ ਦਰਸ਼ਕ ਬਣ ਕੇ ਦੇਖ ਰਹੇ ਨੇ ਜੋ ਚੱਲ ਰਿਹਾ। ਤੇ ਡਾਕਟਰ ਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਇਹ ਦੂਜਾ ਰੱਬ ਆ, ਤੇ ਜਦੋਂ ਰੱਬ ਆ ਕੁਝ ਕਰੇ ਨਾ ਤੇ ਫਿਰ ਉਹਦੇ ਨਾਲ ਹੋਣੀ ਨਹੀਂ ਚਾਹੀਦੀ, ਬਣ ਜਾਂਦਾ ਫਿਰ। ਹਰਮਨ ਜੀ, ਦੇਰ ਆਏ ਦਰੁਸਤ ਆਏ, ਪਰ ਕਈ ਫੈਸਲੇ ਲੇਟ ਲਤੀਫੀ ਦੇ ਸ਼ਿਕਾਰ ਜ਼ਰੂਰ ਹੁੰਦੇ ਆ, ਪਰ ਚੰਗੇ ਲੱਗਦੇ ਆ। ਜਿਵੇਂ ਕਿ ਪੰਜਾਬ ਸਰਕਾਰ ਦੇ ਵੱਲੋਂ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਜਿਹੜਾ ਖੇਡਾਂ ਦਾ ਪੀਰੀਅਡ ਹੁੰਦਾ ਉਹ ਪਹਿਲੀ ਕਲਾਸ ਤੋਂ ਸ਼ੁਰੂ ਕੀਤਾ ਜਾਵੇ। ਅੱਛਾ, ਬਹੁਤ ਚੰਗੀ ਗੱਲ ਹੈ। ਦੇਖੋ, ਇਹ ਤਾਂ ਸਾਰਾ ਕੁਝ ਸਾਨੂੰ ਪਹਿਲਾਂ ਸੋਚਣਾ ਚਾਹੀਦਾ, ਹੋਰ ਨਹੀਂ ਅਸੀਂ ਕਿਸੇ ਦੇਸ਼ ਤੋਂ ਕੁਝ ਸਿੱਖ ਸਕਦੇ, ਸਾਨੂੰ ਹਰਿਆਣੇ ਤੋਂ ਸਿੱਖ ਲੈਣਾ ਚਾਹੀਦਾ। ਬਿਲਕੁਲ, ਹਰਿਆਣੇ ਨੇ ਕਿੰਨੇ ਵੱਡੇ ਵੱਡੇ ਖਿਡਾਰੀ ਇੰਡੀਆ ਦੀ ਝੋਲੀ ਦੇ ਵਿੱਚ ਪਾਏ ਨੇ, ਭਾਰਤ ਦੀ ਝੋਲੀ ਚ ਪਾਏ ਨੇ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਹਰਿਆਣੇ ਦਾ ਨਾਂ ਰੋਸ਼ਨ ਕੀਤਾ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਹੁਣ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ 6ਵੀਂ ਕਲਾਸ ਤੋਂ ਜਿਹੜਾ ਖੇਡਾਂ ਦਾ ਪੀਰੀਅਡ ਲੱਗਦਾ ਉਹਦੀ ਥਾਂ ਦੇ ਉੱਤੇ ਜੇਕਰ 1ਲੀ ਕਲਾਸ ਤੋਂ ਲਾਇਆ ਜਾਵੇ ਤਾਂ ਬੱਚਿਆਂ ਦੀ ਖੇਡਣ ਵਾਲੇ ਕਿਹੜੇ ਕਿਹੜੇ ਆ, ਕਿਹੜੀ ਖੇਡ ਦੇ ਨਾਲ ਜੁੜ ਸਕਦੇ ਆ, ਕਿਹੋ ਜਿਹੀ ਪ੍ਰਤਿਭਾ, ਇਹਦੀ ਸ਼ਨਾਖਤ ਕੀਤੀ ਜਾ ਸਕਦੀ ਹੈ। ਦੇਖੋ, ਇਹ ਬਹੁਤ ਚੰਗੀ ਗੱਲ ਹੈ, ਹੋਣਾ ਚਾਹੀਦਾ, ਪਰ ਗੱਲ ਇਹ ਹੈ ਵੀ ਪੀਰੀਅਡ ਵਧਾ ਕੇ ਤੁਸੀਂ ਕੀ ਕਰੋਗੇ, ਨੌਕਰੀਆਂ ਵੀ ਤਾਂ ਦਿਓ। ਬਿਲਕੁਲ ਸਹੀ ਗੱਲ, ਉਹਨਾਂ ਦੀ ਸਾਰ ਵੀ ਤਾਂ ਲਓ, ਵਾਲੇ ਅਧਿਆਪਕ ਜਿਹੜੇ ਉਹਨਾਂ ਦੀ ਭਰਤੀ ਕਰਨੀ ਚਾਹੀਦੀ ਹੈ। ਪੰਜਾਬ ਦੇ ਕਿੰਨੇ ਸਕੂਲ ਇਹੋ ਜਿਹੇ ਆ ਜਿੱਥੇ ਸਰੀਰਕ ਸਿੱਖਿਆ ਵਾਲੇ ਅਧਿਆਪਕ ਹੀ ਹਨਗੇ? ਨਹੀਂ ਨਹੀਂ, ਉਸ ਤੋਂ ਇਲਾਵਾ ਜਿਨ੍ਹਾਂ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਹੜੇ ਇੰਨੇ ਇੰਨੇ ਮੈਡਲ, ਇੰਨੇ ਇੰਨੇ ਤਗਮੇ ਜਿੱਤ ਕੇ ਲਿਆਏ ਨੇ, ਤੁਸੀਂ ਉਹਨਾਂ ਨੂੰ ਹੋਰ ਕੋਈ ਨੌਕਰੀ ਨਹੀਂ ਦੇ ਸਕਦੇ, ਤੁਸੀਂ ਉਹਨਾਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਸਰੀਰਕ ਸਿੱਖਿਆ ਦੇ ਟੀਚਰ ਲਗਾਓ, ਅਧਿਆਪਕ ਲਗਾਓ, ਤਾਂ ਜੋ ਉਹ ਬੱਚਿਆਂ ਨੂੰ ਖੇਡਾਂ ਦੇ ਬਾਰੇ 'ਚ ਜਾਗਰੂਕ ਕਰ ਸਕਣ, ਬੱਚਿਆਂ ਨੂੰ ਦੱਸ ਸਕਣ। ਜਦੋਂ ਬੱਚਿਆਂ ਨੂੰ ਇਹ ਦਿਖਦਾ ਹੈ ਕਿ ਬਾਹਰ ਜਿਹੜੇ ਬੈਠੇ ਨੇ ਤਗਮੇ ਲੈ ਕੇ, ਉਹਨਾਂ ਦੀ ਤਾਂ ਸਰਕਾਰ ਨੇ ਸਾਰ ਨਹੀਂ ਲਈ, ਉਹਨਾਂ ਨੂੰ ਤਾਂ ਸਰਕਾਰਾਂ ਨੇ ਪੁੱਛਿਆ ਨਹੀਂ, ਬਸ ਜਿਨ੍ਹਾਂ ਨੇ ਮੋਹਰੇ ਹੋ ਕੇ ਕਹਿਤਾ ਜਾਂ ਜਿਹੜੇ ਕਿਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਖਿਡਾਰੀ ਆ ਗਏ, ਸਿਰਫ ਉਹਨਾਂ ਦੇ ਬਾਰੇ 'ਚ ਜ਼ਰੂਰ ਕਿਤੇ ਨਾ ਕਿਤੇ ਸੋਚਿਆ ਜਾਂਦਾ, ਪੂਰਨ ਤੌਰ 'ਤੇ ਉਹਨਾਂ ਦੇ ਬਾਰੇ 'ਚ ਵੀ ਨਹੀਂ ਸੋਚਿਆ ਜਾਂਦਾ, ਪਰ ਜਿਹੜੇ ਪਿੱਛੇ ਨੇ ਉਹ ਵਿਚਾਰਾ ਕੋਈ ਰੇਹੜੀ ਫੜੀ ਲਾਉਂਦਾ, ਕਿਸੇ ਨੂੰ ਪਤਾ ਹੀ ਨਹੀਂ ਰੋਟੀ ਮਿਲਣੀ ਹੈ ਜਾਂ ਨਹੀਂ ਮਿਲਣੀ, ਉਹਨਾਂ ਦੇ ਬਾਰੇ 'ਚ ਵੀ ਸਰਕਾਰ ਨੂੰ ਸੋਚਣਾ ਪੈਂਦਾ। ਇੱਕ ਤਾਂ ਇਸ ਵਕਤ ਪੰਜਾਬ ਦੇ ਵਿੱਚ ਨਵੀਂ ਖੇਡ ਨੀਤੀ ਬਣਨੀ ਚਾਹੀਦੀ ਹੈ, ਦੂਜਾ ਪੰਜਾਬ ਦੇ ਵਿੱਚ ਖੇਡ ਵਿਭਾਗ ਦਾ ਇੱਕ ਵੱਖਰਾ ਮੰਤਰੀ ਹੋਣਾ ਚਾਹੀਦਾ। ਬਿਲਕੁਲ ਠੀਕ, ਕਿਉਂਕਿ ਮੰਨਿਆ ਤਾਂ ਇਹ ਜਾ ਰਿਹਾ ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਵਜ਼ਾਰਤ 'ਚ ਵਾਧਾ ਹੋਣਾ ਉਹਦੇ ਲਈ 19 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਆ, ਕਈ ਹੋਰ ਸੀਨੀਅਰ ਨੇਤਾਵਾਂ ਦੇ ਨਾਲ ਵੀ ਮੀਟਿੰਗ ਹੋਣੀ ਆ। ਕਹਿੰਦੇ ਆ ਵੀ ਐਤਕੀ ਵਜ਼ਾਰਤੀ ਵਾਧੇ ਦੇ ਵਿੱਚ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਣਾ। ਬਿਲਕੁਲ ਠੀਕ, ਕਿਉਂਕਿ ਉਹ ਓਲੰਪੀਅਨ ਵੀ ਆ ਸਾਬਕਾ, ਤੇ ਉਹ ਹਾਕੀ ਦੇ ਵਧੀਆ ਖਿਡਾਰੀ ਵੀ ਆ, ਤੇ ਦੂਜੀ ਵਾਰ ਉਹ ਵਿਧਾਇਕ ਬਣੇ ਆ, ਪਹਿਲੀ ਵਾਰ ਅਕਾਲੀ ਦਲ ਵੱਲੋਂ ਸੀ, ਹੁਣ ਉਹ ਕਾਂਗਰਸ ਦੇ ਵੱਲੋਂ। ਬਿਲਕੁਲ ਠੀਕ ਆ, ਇਸ ਕਰਕੇ ਜੇਕਰ ਉਹਨਾਂ ਦੇ ਉੱਤੇ ਗੁਣਾ ਪੈ ਜਾਂਦਾ ਤਾਂ ਮੇਰਾ ਖਿਆਲ ਆ ਵੀ ਖੇਡ ਖੇਤਰ ਦਾ ਪੰਜਾਬ ਦੇ ਵਿੱਚ ਕੋਈ ਚਿਹਰਾ ਮੋਹਰਾ
ਸ਼ਾਇਦ ਤਬਦੀਲ ਹੋ ਜੇ। ਪਰ ਨਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੀਟਿੰਗ ਕੀਤੀ ਆ, ਉਹਦੇ ਵਿੱਚ ਇਹ ਵੀ ਗੱਲ ਕਹੀ ਆ ਵੀ ਜਿਹੜੇ ਪੰਜਾਬ ਦੇ ਖਿਡਾਰੀ ਰਾਸ਼ਟਰ ਮੰਡਲ ਖੇਡਾਂ 'ਚ, ਓਲੰਪਿਕ ਖੇਡਾਂ 'ਚ, ਏਸ਼ੀਆਡ ਖੇਡਾਂ ਦੇ ਵਿੱਚ ਮੈਡਲ ਲੈ ਕੇ ਆਉਂਦੇ, ਤਗਮੇ ਲੈ ਕੇ ਆਉਂਦੇ, ਭਾਵੇਂ ਸੋਨੇ ਦਾ, ਚਾਂਦੀ ਦਾ ਜਾਂ ਕਾਂਸੇ ਦਾ, ਉਹਨਾਂ ਦੇ ਲਈ ਜੋ ਇਨਾਮ ਸਨਮਾਨ ਹੁੰਦੇ ਆ ਉਹਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਜੋ ਇਹਨਾਂ ਖਿਡਾਰੀਆਂ ਦਾ ਹੌਸਲਾ ਬੁਲੰਦ ਹੋਵੇ। ਜਿਹੜੇ ਸਾਬਕਾ ਖਿਡਾਰੀ ਆ ਉਹਨਾਂ ਦੇ ਲਈ ਜੀਵਨ ਬੀਮਾ ਯੋਜਨਾ ਜਿਹੜੀ ਉਹ ਜਲਦੀ ਸ਼ੁਰੂ ਕੀਤੀ ਜਾਵੇ। ਸੋ ਗੱਲਾਂ ਤਾਂ ਕੈਪਟਨ ਸਾਹਿਬ ਤੁਸੀਂ ਸੋਹਣੀਆਂ ਕੀਤੀਆਂ, ਪਰ ਇਹ ਗੱਲਾਂ ਹੀ ਨਾ ਰਹਿ ਜਾਣ ਕਰੋ। ਹਾਂ, ਇਹ ਅਮਲੀ ਤੌਰ ਦੇ ਉੱਤੇ ਵੀ ਗੱਲਾਂ ਫੈਸਲੇ ਲਾਗੂ ਹੋਣ, ਤੁਹਾਡੀ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਨਾ ਨਜ਼ਰ ਆਵੇ। ਜੋ ਕਹਿੰਦੇ ਉਹ ਕਰਕੇ ਦਿਖਾਓ, ਬਿਲਕੁਲ ਜਿਹੜਾ ਫਰਕ ਹੁਣ ਤੱਕ ਨਜ਼ਰ ਆਉਂਦਾ ਰਿਹਾ ਉਹ ਇਸ ਮਸਲੇ ਦੇ ਉੱਤੇ ਨਾ ਨਜ਼ਰ ਆਵੇ। ਬਿਲਕੁਲ, ਇਸ ਚੀਜ਼ ਦੀ ਅਸੀਂ ਕਾਮਨਾ ਕਰਦੇ ਹਾਂ। ਉਹ ਆਦੀ ਹਾਜ਼ਰ ਹੈ ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਅਸੀਂ ਇੱਕ ਵਾਰ ਫੇਰ ਹਾਜ਼ਰ ਹਾਂ। ਮੈਂ ਸਵਰਨ ਸਿੰਘ ਟੈਣਾ ਤੇ ਨਾਲ ਨੇ ਮੇਰੇ ਮੈਡਮ ਹਰਮਨ ਤੰਦੋਰੀ। ਅਸੀਂ ਫੇਰ ਆ ਗਏ। ਅਸੀਂ ਫੇਰ ਆ ਗਏ। ਹਾਂ, ਹੁਣ ਅਗਲੀ ਖਬਰ ਤੁਸੀਂ ਕਰੋ। ਚਾਤ ਮਾਰੀਏ, ਅਗਲੀ ਗੱਲ ਆਪਾਂ ਕਿਹੜੀ ਕਰੀਏ ਦੱਸੋ, ਕਿੰਨੀਆਂ ਸਾਰੀਆਂ ਨੇ? ਤੁਸੀਂ ਲਿਖੀਆਂ ਤਾਜ ਮਹਿਲ ਦੀ ਗੱਲ ਕਰੀਏ? ਨਹੀਂ, ਉਹ ਬਾਅਦ ਚ ਕਰਾਂਗੇ। ਅੱਛਾ, ਕਿਉਂਕਿ ਤਾਜ ਮਹਿਲ ਜਦੋਂ ਹੁਣ ਤੱਕ ਨਹੀਂ ਹਿੱਲਿਆ ਤੇ ਜੇ ਦੋ ਖਬਰਾਂ ਬਾਅਦ ਚ ਕਰ ਲਾਂਗੇ ਇਹ ਤਾਂ ਵੀ ਕਿੱਥੇ ਜਾਣਾ, ਇੱਥੇ ਹੀ ਰਹਿਣਾ ਇਹ। ਲਓ ਫਿਰ ਉਂਗਲ ਰੱਖੋ, ਕਿਹੜੀ ਖਬਰ ਹੈ? ਇਹ ਤਾਂ ਕਰ ਲਓ 8 ਨੰਬਰ ਤੇ। ਇਹ ਕਾਹਦੀ ਗੱਲ ਹੈ? ਹਾਂ, ਇਹ ਖਬਰ ਹੈਗੀ ਆ ਯੂਨਾਈਟਿਡ ਸਿੱਖ ਮੂਵਮੈਂਟ ਦੇ ਨਾਲ ਜੁੜੀ। ਯੂਨਾਈਟਿਡ ਸਿੱਖ ਮੂਵਮੈਂਟ ਨੇ ਇਹ ਗੱਲ ਕਹੀ ਆ ਵੀ ਸਿੱਕੇ ਨੂੰ ਜੋ ਪੰਥ ਦੇ ਵਿੱਚੋਂ ਛੇਕਿਆ ਗਿਆ ਇਹਨੂੰ ਵਾਪਸ ਲਿਆ ਜਾਵੇ। ਕਿਉਂ? ਉਹ ਕਹਿੰਦੇ ਵੀ ਇਹਦਾ ਕਸੂਰ ਕੀ ਹੈ ਇਹ ਦੱਸਿਆ ਜਾਵੇ, ਤੇ ਜੇ ਅਸੀਂ ਨਿਰਪੱਖਤਾ ਦੇ ਨਾਲ ਦੇਖੀਏ ਤਾਂ ਕਸੂਰਵਾਰ ਜੇਕਰ ਸਿੱਕਾ ਹੈ ਤਾਂ ਉਹ ਲੋਕ ਵੀ ਤਾਂ ਹੈਗੇ ਆ ਜਿਨ੍ਹਾਂ ਨੇ NOC ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਇਸ ਫਿਲਮ ਵਾਸਤੇ ਜਾਰੀ ਕੀਤਾ ਸੀ। ਉਹ ਵੀ ਹੈਗੇ ਨੇ ਬਿਲਕੁਲ, ਜਿਹੜੇ ਇਹ ਯੂਨਾਈਟਿਡ ਸਿੱਖ ਮੂਵਮੈਂਟ ਵਾਲੇ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਿੱਕੇ ਦਾ ਜਿਹੜਾ ਆਰਥਿਕ ਨੁਕਸਾਨ ਹੋਇਆ ਇਸ ਫਿਲਮ ਨੂੰ ਬਣਾਉਣ ਕਰਕੇ ਸ਼੍ਰੋਮਣੀ ਕਮੇਟੀ ਉਹਦੀ ਭਰਪਾਈ ਵੀ ਕਰੇ। ਅੱਛਾ, ਬਿਲਕੁਲ। ਪਰ ਸ਼੍ਰੋਮਣੀ ਕਮੇਟੀ ਨੇ ਥੋੜੀ ਕਿਹਾ ਸੀ ਸਿੱਕੇ ਨੂੰ ਕਿ ਤੂੰ ਫਿਲਮ ਬਣਾ? ਬਿਲਕੁਲ ਨਹੀਂ ਕਿਹਾ ਸੀ, ਪਰ ਇਹਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਹੋਰ ਵੀ ਆ। ਇੱਕ ਤਾਂ ਪਤਾ ਇਹ ਲੱਗ ਰਿਹਾ ਵੀ ਅਕਾਲੀ ਦਲ ਦਾ ਇੱਕ ਸੀਨੀਅਰ ਆਗੂ ਆ ਜਿਹਦਾ ਪੈਸਾ ਇਸ ਫਿਲਮ ਦੇ ਵਿੱਚ ਲੱਗਾ ਹੋਇਆ। ਜਦੋਂ ਅਕਾਲੀ ਦਲ ਦੇ ਆਗੂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਅਸੀਂ ਵਿਅਕਤੀ ਤੌਰ ਦੇ ਉੱਤੇ ਗੁਰੂ ਸਾਹਿਬਾਨ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦਿਖਾ ਸਕਦੇ ਤਾਂ ਇਹਦਾ ਮਤਲਬ ਇਹ ਆ ਵੀ ਸਾਰਾ ਕੁਝ ਅਣਜਾਣਤਾ ਦਾ ਇੱਕ ਹਿੱਸਾ ਬਣ ਗਿਆ। ਦੂਜੀ ਗੱਲ ਇਹ ਆ ਵੀ ਫਿਲਮ ਤਾਂ ਚਲੋ ਬਣ ਗਈ, ਮੰਨ ਲਓ ਮੈਂ ਬਣਾ ਲੈਂਦਾ, ਤੁਸੀਂ ਬਣਾ ਲੈਂਦੇ ਹੋ, ਕੋਈ ਹੋਰ ਬਣਾਉਂਦਾ, ਗਲਤੀ ਕਰ ਲਈ ਅਸੀਂ, ਇਹ ਜੋ ਨਹੀਂ ਕਰਨੀ ਚਾਹੀਦੀ ਸੀ। ਸ਼੍ਰੋਮਣੀ ਕਮੇਟੀ ਦੇ ਵੱਲੋਂ ਉਸ ਫਿਲਮ ਨੂੰ ਥਾਪੜਾ ਕਿਹੜੀ ਗੱਲੋਂ ਦਿੱਤਾ ਗਿਆ? ਬਿਲਕੁਲ ਠੀਕ ਆ। ਕਿਹੜੀ ਗੱਲੋਂ ਗਿਆਨੀ ਗੁਰਬਚਨ ਸਿੰਘ ਜਾਂ ਜਿਹੜੇ ਹੋਰ ਸਾਥੀ ਨੇ, ਬੀਬੀ ਜਗੀਰ ਕੌਰ ਨੇ ਟ੍ਰੇਲਰ ਜਾਰੀ ਕੀਤਾ, ਉਹਨਾਂ ਦੇ ਵੱਲੋਂ ਕਿਉਂ ਇਸ ਫਿਲਮ ਦੇ ਲਈ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਗਿਆ? ਕੀ ਉਹਨਾਂ ਨੇ ਬਿਨਾਂ ਇਸ ਫਿਲਮ ਨੂੰ ਜਾਣਿਆ ਦੇਖਿਆ ਪ੍ਰਸ਼ੰਸਾ ਪੱਤਰ ਜਾਰੀ ਕੀਤਾ? ਦੇਖੋ, ਇਹਦੇ 'ਚੋਂ ਦੋ ਗੱਲਾਂ ਨਿਕਲਦੀਆਂ ਨੇ ਵੀ ਜਾਂ ਤਾਂ ਉਹਨਾਂ ਨੇ ਫਿਲਮ ਨੂੰ ਬਿਨਾਂ ਦੇਖੇ ਜਾਣਿਆ ਉਹਦਾ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਤੇ ਜਾਂ ਫਿਰ ਸਿੱਖੀ ਦੇ ਅਸਲ ਸਿਧਾਂਤਾਂ ਦਾ ਉਹਨਾਂ ਨੂੰ ਵੀ ਨਹੀਂ ਪਤਾ। ਡਾਕਟਰ ਰੂਪ ਸਿੰਘ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਸੀ ਵੀ ਜਿਹਨੇ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰੇ ਆਉਂਦੇ ਆ, ਜਿੰਨੇ ਵੀ ਵੱਖ ਵੱਖ ਥਾਵਾਂ ਦੇ ਉੱਤੇ ਸਿੱਖਿਆ ਅਦਾਰੇ ਆ, ਉਹਨਾਂ ਸਾਰਿਆਂ ਦੇ ਵਿੱਚ ਇਸ ਫਿਲਮ ਨੂੰ ਦਿਖਾਇਆ ਜਾਣਾ ਚਾਹੀਦਾ। ਬੀਬੀ ਜਗੀਰ ਕੌਰ ਨੇ ਇਸ ਫਿਲਮ ਦਾ ਪ੍ਰੋਮੋ ਜਾਰੀ ਕੀਤਾ ਸੀ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਫਿਲਮ ਦੇ ਮੁਤਲਕ NOC ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਸੀ। ਮਤਲਬ ਤਾਂ ਇਹ ਆ ਨਾ ਵੀ ਜੇਕਰ ਸਿੱਕੇ ਦੀ ਗਲਤੀ ਆ ਤਾਂ ਫਿਰ ਇਹਨਾਂ ਸਾਰਿਆਂ ਦੀ ਵੀ ਤਾਂ ਗਲਤੀ ਹੈ। ਉਹ ਕਹਿਣ ਦਾ ਭਾਵ ਇਹੀ ਹੈ ਯੂਨਾਈਟਿਡ ਸਿੱਖ ਮੂਵਮੈਂਟ ਦਾ ਕਿ ਉਹਨੂੰ ਕੱਲਾ ਛੇਕਣ ਦੀ ਥਾਂ ਤੇ ਇਹ ਸਾਰਿਆਂ ਨੂੰ ਵੀ ਪੰਜ ਚੋਂ ਛੇਕਿਆ ਜਾਵੇ, ਇਹਨਾਂ ਸਾਰਿਆਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ। ਜੇਕਰ ਇੱਕ ਸਿਧਾਂਤ ਬਣ ਗਿਆ, ਇੱਕ ਮਤਾ ਪਾਸ ਹੋ ਗਿਆ ਵੀ ਕੋਈ ਵੀ ਵਿਅਕਤੀ ਇਹੋ ਜੀ ਗਲਤੀ ਨਹੀਂ ਕਰ ਸਕਦਾ, ਕਰਨੀ ਨਹੀਂ ਚਾਹੀਦੀ, ਤਾਂ ਫਿਰ ਜਿਹੜਾ ਬੰਦਾ ਗਲਤੀ ਕਰਦਾ ਉਹਦੀ ਹੌਸਲਾ ਅਫਜ਼ਾਈ ਕਰਨ ਵਾਲੇ ਲੋਕ ਕਿਹੜਾ ਘੱਟ? ਉਹ ਵੀ ਗਲਤ ਹੁੰਦੇ ਨੇ। ਸੋ ਇਸ ਕਰਕੇ ਜਿਹੜੀ ਮੰਗ ਆ ਉਹਦੇ ਵਿੱਚ ਤੱਤਤਾ ਹੈਗਾ, ਪਰ ਮੰਗ ਮੰਨੀ ਨਹੀਂ ਜਾਣੀ ਕਦੇ ਵੀ, ਇਹ ਵੀ ਆਪਾਂ ਨੂੰ ਪਤਾ। ਨਾਲੇ ਦੇਖੋ, ਗੱਲ ਇਹ ਹੈ ਵੀ ਜਿੱਥੋਂ ਤੱਕ ਮੈਂ ਜਾਣਦੀ ਹਾਂ, ਹੋ ਸਕਦਾ ਮੈਂ ਗਲਤ ਹੋਵਾਂ, ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਤਲਬ ਕਰਨ ਦੀ ਗੱਲ ਆਉਂਦੀ ਹੈ ਤਾਂ ਉਦੋਂ ਗਿਆਨੀ ਜੀ ਤਲਬ ਕਰਦੇ ਨੇ, ਤੇ ਜਦ ਉਹੀ ਸਾਰੇ ਇਹਦੇ ਵਿੱਚ ਜੁੜੇ ਹੋਏ ਨੇ, ਉਹੀ ਸਾਰੇ ਇਹਦੇ ਵਿੱਚ ਇਨਵੋਲਵਡ ਨੇ ਜਿਹਨੂੰ ਮੈਂ ਕਹਿੰਦੀ ਹੁੰਦੀ ਹਾਂ, ਤਾਂ ਫਿਰ ਕੌਣ ਕਿਹਨੂੰ ਪੁੱਛੂਗਾ? ਬਿਲਕੁਲ, ਇਹ ਤਾਂ ਸਿੱਖ ਕੌਮ ਹੀ ਪੁੱਛੂਗੀ ਨਾ, ਪਰ ਜੇ ਸਿੱਖ ਕੌਮ ਪੁੱਛੂਗੀ ਤਾਂ ਉਹਨੂੰ ਜਵਾਬ ਕਿਹਨੇ ਦੇਣਾ? ਇਹ ਤਾਂ ਗੱਲਾਂ ਸਿਰਫ ਅਖਬਾਰਾਂ 'ਚ ਹੁੰਦੀਆਂ ਨੇ। ਵੀ ਕੌਣ ਕਹੇ ਰਾਣੀਏ ਅੱਗਾ ਟੱਕ, ਬਿਲਕੁਲ ਠੀਕ ਹੈ, ਇਹ ਉਹੀ ਕਹਾਵਤ ਹੈ। ਹਰਮਨ ਜੀ, ਨਾਈ ਧੋਈ ਹੈ ਨਾ ਜਿਹੜੀ, ਉਹਦਾ ਵਿਆਹ ਦੀਆਂ ਰਸਮਾਂ ਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਆ, ਬਿਲਕੁਲ, ਬੜਾ ਮਹੱਤਵਪੂਰਨ ਸਥਾਨ। ਛੋਟੇ ਹੁੰਦਿਆਂ ਵੀ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਵੀ ਮਾਵਾਂ ਦੇ ਮਗਰ ਮਗਰ ਫਿਰਦੇ ਹੁੰਦੇ ਨੇ ਨਾ, ਨਾਈ ਧੋਈ ਕਰਾ ਦੋ ਨਾ, ਮੈਨੂੰ ਦਿਨ ਚੇਤੇ ਆ ਗਏ। ਕੋਈ ਨਾਈ ਧੋਈ ਦੀ ਗੱਲ ਚੇਤੇ ਹੋਵੇ, ਕਿਸੇ ਵਿਆਹ ਤੇ ਦੇਖੀ ਅੱਖੀਂ ਡਟਾ ਦ੍ਰਿਸ਼, ਹਾਂ,
ਕੋਈ ਸਾਂਝਾ ਕਰ ਲਓ ਨਾ ਇਹ ਤੋਂ ਨਾ ਇਹ ਤੋਂ ਹੀ ਮਾਫ ਕਰਨਾ ਇਹ ਹੁਣ ਮੈਨੂੰ ਪਤਾ ਨਹੀਂ ਤੁਸੀਂ ਕਿਹੜੇ ਰਿਵਾਜ਼ ਦੀ ਕਿਉਂਕਿ ਸਾਡੇ ਤਾਂ ਜਾਂ ਘੜੋਲੀ ਭਰਨੀ ਹੁੰਦੀ ਹੈ ਹਨਾ ਜਾਂ ਵਟਣਾ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਤਾਂ ਸਾਰੇ ਪਾਸੇ ਹੁੰਦਾ ਤੇ ਨਹਾਈ ਧੋਈ ਵਾਲੀ ਕਿਹੜੀ ਜਦੋਂ ਉਹ ਚੱਪਣੀਆਂ ਤੋੜਦੇ ਨੇ ਹਾਂ ਵੀ ਉਹ ਨਵਾਉਂਦੇ ਧਵਾਉਂਦੇ ਆ ਉਹਨੂੰ ਭਾਈ ਉਹ ਸਾਰਾ ਗੀਤ ਗਾਉਂਦੇ ਸ਼ਗਨਾਂ ਦੇ ਗੀਤ ਹਾਂ ਹਾਂ ਉਹ ਤਾਂ ਵਟਨੇ ਤੋਂ ਬਾਅਦ ਜਦੋਂ ਉਹ ਜਦੋਂ ਵਟਣਾ ਲਾਇਆ ਜਾਂਦਾ ਮੁੰਡਿਆਂ ਕੁੜੀ ਨੂੰ ਉਸ ਤੋਂ ਬਾਅਦ ਜਦੋਂ ਉਹ ਸਾਡੇ ਘਰ ਦੇ ਵਿੱਚ ਜੋ ਰਿਵਾਜ਼ ਆ ਮੈਂ ਹੁੰਦਾ ਸੀ ਜਦੋਂ ਮੁੰਡਾ ਹੈ ਜਾਂ ਕੁੜੀ ਨੂੰ ਵਟਣਾ ਲਾਇਆ ਜਾਂਦਾ ਹੈ ਵਿਆਹ ਦੇ ਮੌਕੇ ਦੇ ਉੱਪਰ ਤਾਂ ਫਿਰ ਉਹਦੇ ਜਿਹੜੇ ਭਰਾ ਭਰਜਾਈ ਹੁੰਦੇ ਨੇ ਉਹ ਇਹ ਸਾਡੇ ਘਰ ਦਾ ਰਿਵਾਜ਼ ਹੈ ਉਹ ਕਿਸੇ ਗੁਆਂਢੀ ਦੇ ਘਰੋਂ ਪਾਣੀ ਭਰਨ ਜਾਂਦੇ ਨੇ ਘੜੇ ਦੇ ਵਿੱਚ ਬਾਲਟੀ ਦੇ ਵਿੱਚ ਹਨਾ ਕਿ ਉਹ ਪਾਣੀ ਲੈ ਕੇ ਆਉਣਾ ਗੁਆਂਢੀਆਂ ਦੇ ਘਰੋਂ ਉਸ ਪਾਣੀ ਦੇ ਨਾਲ ਉਹ ਜਿਹੜਾ ਵਿਆਹੁਣ ਯੋਗ ਮੁੰਡਾ ਹੈ ਕੁੜੀ ਹੈ ਜਿਹਦਾ ਵਿਆਹ ਹੋਣਾ ਵਿਆਂਦੜ ਹੈ ਜਿਹੜਾ ਉਹਨੂੰ ਉਹਨੇ ਉਹਦੇ ਨਾਲ ਨਹਾਉਣਾ ਹੁੰਦਾ ਤੇ ਉਹ ਦੋਵੇਂ ਜਾਂਦੇ ਨੇ ਪਾਣੀ ਭਰਨ ਦੇ ਲਈ ਹਨਾ ਭਰਾ ਭਰਜਾਈ ਪਰ ਜਿਹੜੀ ਬਾਕੀ ਦਾ ਜਿਹੜਾ ਪਰਿਵਾਰ ਹੈ ਜਾਂ ਬਾਕੀ ਦੇ ਜਿਹੜੇ ਕਹਿ ਲਓ ਵੀ ਜਵਾਕ ਨੇ ਨਿਆਣੇ ਨੇ ਹਨਾ ਹਮ ਉਮਰ ਨੇ ਉਹਨਾਂ ਨੇ ਉਹ ਪਾਣੀ ਭਰਨ ਨਹੀਂ ਦੇਣਾ ਹੁੰਦਾ ਉਹ ਕਦੀ ਉੱਤੇ ਰੋੜਦੇ ਨੇ ਕਦੀ ਪਾਣੀ ਉਹ ਰੋੜਦੇ ਨੇ ਹਨਾ ਕਦੀ ਉਹਨਾਂ ਨੂੰ ਗਿੱਲਾ ਕਰਦੇ ਹਾਂ ਕਦੀ ਉਹਨਾਂ ਨੂੰ ਗਿੱਲਾ ਕਰਤਾ ਹਨਾ ਫਿਰ ਇੱਦਾਂ ਕਰ ਕਰਾ ਕੇ ਉਹ ਪਾਣੀ ਭਰ ਕੇ ਲਿਆਉਂਦੇ ਨੇ ਤੇ ਉਸ ਤੋਂ ਬਾਅਦ ਉਹ ਪਾਣੀ ਜਿਹੜਾ ਹੈ ਉਹ ਬਾਲਟੀ ਦੇ ਵਿੱਚ ਪਾਇਆ ਜਾਂਦਾ ਤੇ ਉਹਦੇ ਨਾਲ ਜਿਹੜਾ ਵਿਆਂਦੜ ਹੈ ਉਹ ਨਹਾਉਂਦਾ ਤੇ ਉਸ ਤੋਂ ਬਾਅਦ ਮਾਮਾ ਉਹਨੂੰ ਖਾਰਿਓਂ ਲਾਉਂਦਾ ਕਿੱਥੋਂ ਲਾਉਂਦਾ ਖਾਰਿਓਂ ਖਾਰਿਓਂ ਲਾਉਂਦਾ ਹਾਂ ਅੱਛਾ ਅੱਛਾ ਚੱਪਣੀਆਂ ਉਹ ਪਾਉਂਦਾ ਜਦੋਂ ਉਹ ਛਾਲ ਮਾਰ ਕੇ ਹਾਂ ਤੇ ਫਿਰ ਖਾਰਿਓਂ ਲਾਉਂਦਾ ਹਾਂ ਚੱਪਣੀਆਂ ਦਾ ਜਦੋਂ ਕਚੂਮਰ ਨਿਕਲਦਾ ਨਾ ਉਦੋਂ ਫਿਰ ਸਾਰੇ ਜਾਣੇ ਖੁਸ਼ ਵੀ ਹੁੰਦੇ ਆ ਹਾਂਜੀ ਗੀਤਾਂ ਦੀ ਆਵਾਜ਼ ਉੱਚੀ ਹੋ ਜਾਂਦੀ ਕਈਆਂ ਦੇ ਰਿਵਾਜ਼ ਹੁੰਦਾ ਵੀ ਖਾਰਿਓਂ ਮਾਮਾ ਜਿੱਦਣ ਵਿਆਹ ਹੋਵੇ ਉਦੋਂ ਸਵੇਰੇ ਖਾਰਿਓਂ ਲਾਉਂਦਾ ਉਦੋਂ ਚੱਪਣੀਆਂ ਉਹ ਪਾਉਂਦੇ ਨੇ ਹਨਾ ਸੋ ਅਲੱਗ ਅਲੱਗ ਰਿਵਾਜ਼ ਨੇ ਅੱਛਾ ਅੱਛਾ ਚਲੋ ਬਹੁਤ ਸੋਹਣੀ ਗੱਲ ਆ ਦੇਖੋ ਇਹ ਨਾ ਗੱਲ ਤੁਹਾਡੇ ਮੂੰਹੋਂ ਅਖਵਾਉਣ ਦਾ ਅਰਥ ਇਹ ਸੀ ਬਈ ਥੋੜੀ ਜੀ ਸਾਡੇ ਵਿਰਸੇ ਬਾਰੇ ਸਾਡੇ ਸੱਭਿਆਚਾਰ ਬਾਰੇ ਸਾਡੀਆਂ ਰਸਮਾਂ ਬਾਰੇ ਕੋਈ ਗੱਲ ਦੀ ਸਾਂਝ ਪੈ ਜੀ ਵਾਹ ਕੀ ਬਾਤ ਹੈ ਪਰ ਨਾ ਤੁਸੀਂ ਕਿਹਾ ਵੀ ਵਟਣਾ ਲਾਉਂਦੇ ਆ ਤੁਹਾਡੇ ਲਾਉਂਦੇ ਸਾਡੇ ਵਾਲੇ ਪਾਸੇ ਵੀ ਆ ਪਰ ਕਾਂਗਰਸੀਆਂ ਦੇ ਵਟਣਾ ਨਹੀਂ ਡਾਂਗਾਂ ਹੀ ਲੱਗੀਆਂ ਹਾਂਜੀ ਨਹਾਈ ਧੋਈ ਉਹਨਾਂ ਦੀ ਹੋਈ ਆ ਨਹਾਈ ਧੋਈ ਉਹਨਾਂ ਦੀ ਹੋਈ ਆ ਪਰ ਨਹਾਈ ਧੋਈ ਇਉਂ ਨਹੀਂ ਹੋਈ ਵੀ ਭਾਈ ਦਹੀਂ ਦੇ ਨਾਲ ਜਾਂ ਹੋਰ ਜੋ ਸ਼ੰਗਣ ਮੰਗਣ ਹੁੰਦੇ ਆ ਪਹਿਲਾਂ ਸਰੋਂ ਦਾ ਤੇਲ ਲਾ ਕੇ ਹਲਦੀ ਵਟਣਾ ਲਾ ਕੇ ਸ਼ੰਗਣਾਂ ਦੇ ਗੀਤ ਗਾਏ ਜਾਣ ਫਿਰ ਜਦੋਂ ਨਹਾ ਲੈਂਦਾ ਤੇ ਫਿਰ ਉੱਤੇ ਫੁਲਕਾਰੀ ਹੋਵੇ ਕੋਈ ਜਦੋਂ ਚੜਿਆ ਵੀਰਾ ਘੋੜੀ ਵੇ ਹਾਂ ਬਸ ਫਿਰ ਇਹ ਜਿਹੜੇ ਕਾਂਗਰਸੀ ਆ ਘੋੜੇ ਵਾਂਗੂ ਮੂਹਰੇ ਭੱਜੇ ਆ ਪੁਲਿਸ ਦੇ ਇਹ ਗਏ ਸੀ ਅਸਲ ਦੇ ਵਿੱਚ ਚੰਡੀਗੜ੍ਹ 'ਚ ਜੋ ਭਾਜਪਾ ਦਾ ਦਫ਼ਤਰ ਆ ਉਹਦਾ ਘਿਰਾਓ ਕਰਨ ਦੇ ਲਈ ਅੱਛਾ ਜੀ ਕਹਿੰਦੇ ਵੀ ਜਿਹੜੇ ਐਸਸੀ ਐਸਟੀ ਵਰਗ ਦੇ ਵਿਦਿਆਰਥੀ ਆ ਉਹਨਾਂ ਵਾਸਤੇ ਜਿਹੜੀ ਸਕਾਲਰਸ਼ਿਪ ਸਕੀਮ ਆ ਉਹਨੂੰ ਮੋਦੀ ਸਰਕਾਰ ਜਾਰੀ ਨਹੀਂ ਕਰਦੀ ਤੇ ਹਜ਼ਾਰਾਂ ਕਰੋੜ ਰੁਪਈਆ ਫਸਿਆ ਪਿਆ ਅੱਛਾ ਇਸ ਕਰਕੇ ਅਸੀਂ ਵਿਦਿਆਰਥੀਆਂ ਦੇ ਹਿੱਤਾਂ ਦਾ ਖਿਆਲ ਰੱਖਦੇ ਆ ਇੰਨਾ ਖਿਆਲ ਚੇਤੇ ਆਇਆ ਭਾਜਪਾ ਦਾ ਦਫ਼ਤਰ ਘੇਰਨਾ ਅੱਛਾ ਬਸ ਫਿਰ ਆਉਣ ਦੇਰੀਆਂ ਤੇ ਜਾਣ ਦੇਰੀਆਂ ਫਿਰ ਘੇਰੀ ਰੱਖਦੇ ਉਹੀ ਕੁਝ ਹੋਇਆ ਜਿਹੜਾ ਕੁਝ ਪਿਛਲੇ ਦਿਨੀ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ ਨਾਲ ਹੋਇਆ ਸੀ ਉਦੋਂ ਵੀ ਕਈਆਂ ਦੀਆਂ ਗੋਗੜਾਂ ਕਈਆਂ ਦੇ ਪਿੰਡੇ ਦਿਸੇ ਸੀ ਗਿੱਲੇ ਹੋਣ ਕਰਕੇ ਕਈਆਂ ਤੋਂ ਉੱਠਿਆ ਨਹੀਂ ਸੀ ਕਈਆਂ ਤੋਂ ਉੱਠਿਆ ਨਹੀਂ ਸੀ ਗਿਆ ਕਈਆਂ ਦੇ ਗਾਤਰਿਆਂ ਦੇ ਬਾਬਤ ਕਈ ਕਿਸਮ ਦੇ ਸਵਾਲ ਖੜੇ ਹੋਏ ਸੀ ਕਿਸੇ ਨੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ ਬਾਅਦ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਵੀ ਸਵਾਲ ਕੀਤਾ ਗਿਆ ਸੀ ਇੱਕ ਵਿਧਾਇਕ ਦੇ ਵੱਲੋਂ ਕਿ ਜੇਕਰ ਅੰਮ੍ਰਿਤ ਛਕਿਆ ਤਾਂ ਦਿਖਾਓ ਉਸ ਦਿਨ ਤੁਹਾਡਾ ਪਿੰਡਾ ਗਿੱਲਾ ਸੀ ਝੱਗਾ ਗਿੱਲਾ ਸੀ ਦਿਸਿਆ ਨਹੀਂ ਪਰ ਐਤਕੀ ਵੀ ਉਹੀ ਕੁਝ ਹੋਇਆ ਇਹ ਅੱਗੇ ਵਧਦੇ ਸੀ ਚੰਡੀਗੜ੍ਹ ਦੀ ਪੁਲਿਸ ਨੇ ਨਹਾਈ ਧੋਈ ਕਰਾਈ ਛੂ ਕਰਕੇ ਨਾ ਬਸ ਪਾਣੀ ਦੀਆਂ ਜਲ ਤੋਪਾਂ ਚਲਾਈਆਂ ਨਾ ਜਦੋਂ ਵੀ ਘਰੇ ਨਾ ਲਿਆ ਕਰੋ ਹਾਂ ਸਾਬਣ ਲਾ ਕੇ ਆਇਆ ਕਰੋ ਜੇ ਤੁਸੀਂ ਪਾਣੀ ਮਰਵਾਉਣਾ ਹੀ ਆ ਸਾਬਣ ਲਾ ਕੇ ਆਇਆ ਕਰੋ ਨਾਲੇ ਇੰਨੇ ਗੰਦੇ ਕਿਉਂ ਹੁੰਦੇ ਵੀ ਸਰਵਿਸ ਸਟੇਸ਼ਨ ਤੇ ਜਾਣਾ ਪਵੇ ਜਿੱਦਾਂ ਗੱਡੀਆਂ ਦੀ ਨਹਾਈ ਧੋਈ ਹੁੰਦੀ ਆ ਉਦਾਂ ਤੁਹਾਡੀ ਕਰਾਉਣੀ ਪੈਂਦੀ ਹੈ ਨਹੀਂ ਪਰ ਜੇ ਇੰਨਾ ਹੀ ਡਟੇ ਸੀ ਵਿਦਿਆਰਥੀਆਂ ਦੇ ਲਈ ਤੇ ਡਟੇ ਰਹਿੰਦੇ ਫਿਰ ਭੱਜੇ ਕਾਤੇ ਦੇਖੋ ਗੱਲ ਤਾਂ ਇਹ ਆ ਵੀ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਸਕੀਮ ਆ ਜਿਹੜੀ ਉਹ ਜਾਰੀ ਰਹਿਣੀ ਚਾਹੀਦੀ ਹੈ ਪਰ ਇਹ ਨਾ ਇੱਕ ਡਰਾਮਾ ਬਿਲਕੁਲ ਖਬਰਾਂ ਲਾਉਣ ਦੇ ਲਈ ਰਾਜਨੀਤੀ ਵਿੱਚ ਜਿਉਂਦੇ ਰਹਿਣ ਦੇ ਲਈ ਹਰ ਕੋਈ ਚਾਹੁੰਦਾ ਵੀ ਮੈਂ ਕੁਝ ਨਾ ਕੁਝ ਕਰਾਂ ਇਹ ਮੈਨੂੰ ਲੱਗਦਾ ਬੈਠ ਕੇ ਨਾ ਪਹਿਲਾਂ ਸਲਾਹ ਕਰਦੇ ਹੋਣਗੇ ਵੀ ਕਿਹੜਾ ਮੁੱਦਾ ਹੁਣ ਚੱਕ ਲਈਏ ਕੁਝ ਕਰੀਏ ਯਾਰ ਕੁਝ ਬੈਠ ਕੇ ਕਿਹੜਾ ਮੁੱਦਾ ਹੋਣਾ ਚਾਹੀਦਾ ਆਪਾਂ ਉਹ ਦਲਿਤ ਵਾਲਾ ਵੀ ਛੋ ਲਿਆ ਚੰਡੀਗੜ੍ਹ ਪੰਜਾਬ ਨੂੰ ਦਵਾ ਦਾਂਗੇ ਉਹ ਵੀ ਗੱਲ ਹੋ ਗਈ ਸੀ ਹਨਾ ਉਦੋਂ ਬਾਅਦ ਵਿਧਾਨ ਸਭਾ 'ਚ ਕੋਈ ਕੰਮ ਨਹੀਂ ਹੋਇਆ ਉਹਦਾ ਵੀ ਧਰਨਾ ਦੇ ਦਿੱਤਾ ਸੀ ਹੁਣ ਕੀ ਵਿਦਿਆਰਥੀ ਰਹਿ ਗਏ ਕਿਉਂ ਨਾ ਉਹਨਾਂ ਦਾ ਕੋਈ ਮੁੱਦਾ ਉਹਨਾਂ ਦਾ ਚੱਕੋ ਕੱਢੋ ਬਸ ਫਿਰ ਇਹ ਸੀਗੇ ਯੂਥ ਕਾਂਗਰਸੀ ਜਿਹੜੇ ਨੌਜਵਾਨ ਵਰਗ ਵਾਲੇ ਤੇ ਹੋਈ ਮਾੜੀ ਹੈ ਨਹੀਂ ਪਰ ਇਹ ਯੂਥ ਕਾਂਗਰਸੀ ਜਿਹੜੇ ਗਏ ਸੀ ਮਾਫ ਕਰਨਾ ਮੇਰਾ ਸਵਾਲ ਕੌੜਾ ਲੱਗ ਸਕਦਾ ਇਹਨਾਂ ਚੋਂ ਯੂਥ ਕਾਂਗਰਸੀਆਂ ਜੋ ਕਿੰਨੇ ਕੁ ਪੜ੍ਹੇ ਲਿਖੇ ਸੀ ਜਿਹੜਾ ਉਹਨਾਂ ਨੂੰ ਵਿਦਿਆਰਥੀਆਂ ਦੇ ਹੱਕ ਚੇਤਾ ਹੈ ਸਾਰੇ ਨਹੀਂ ਹੋਣਗੇ ਕਈ ਹੋਣਗੇ ਕਈ ਬਹੁਤ ਪੜ੍ਹੇ ਲਿਖੇ ਹੋਣਗੇ ਕਈ ਘੱਟ ਪੜ੍ਹੇ ਲਿਖੇ ਹੋਣਗੇ ਪਰ ਜਿੰਨੇ ਨਾਲ ਸੀ ਜੇ ਮੈਂ ਉਹਨਾਂ ਸਾਰਿਆਂ ਦੀ ਗੱਲ ਕਰਾਂ ਤਾਂ ਉਹ ਸਾਰੇ ਕਿੰਨਾ ਕੁ ਪੜ੍ਹੇ ਬਿਲਕੁਲ ਸਹੀ ਗੱਲ ਤੁਹਾਡੀ ਉਹ ਆਪਣੇ ਵੱਲ ਵੀ ਤਾਂ ਝਾਤ ਮਾਰਨ ਉਹਨਾਂ ਵਿਦਿਆਰਥੀਆਂ ਦੀ ਤਰ੍ਹਾਂ ਪੜ੍ਹਨ ਜਾਣ ਇਹ ਗੱਲ ਧਿਆਨ ਗੋਚਰੇ ਲਿਆਉਣੀ ਚਾਹੀਦੀ ਹੈ ਉਹ ਆਦੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮਨ ਜੀ ਖੁਲਾਸਾ ਤਾਂ ਮੈਂ ਅਖੀਰ ਦੇ ਉੱਤੇ ਕਰੂੰਗਾ ਹਾਂਜੀ ਜੋ ਕਰਨਾ ਮੈਨੂੰ ਚਾਹੀਦਾ ਮੇਰਾ ਫਰਜ਼ ਵੀ ਬਣਦਾ ਤੇ ਖੁਸ਼ੀ ਦਾ ਆਲਮ ਵੀ ਆ
ਪਰ ਉਸ ਤੋਂ ਪਹਿਲਾਂ ਨਾ ਤਾਜ ਮਹਿਲ ਦੀ ਗੱਲ ਕਰ ਲਈਏ। ਤਾਜ ਮਹਿਲ ਕਿਹਦਾ ਹੈ? ਮੇਰਾ ਹੈ, ਤੁਹਾਡਾ ਹੈ, ਖੁਦਾ ਦਾ ਹੈ। ਖੁਦਾ ਦਾ ਵੀ ਹੈ, ਕੱਲਾ ਹੀ ਖੁਦਾ ਦਾ ਹੈ। ਬਿਲਕੁਲ, ਤੇ ਬੰਦੇ ਦੇ ਵਿੱਚ ਵੀ ਤਾਂ ਖੁਦਾ ਹੀ ਵਸਦਾ ਨਾ। ਖੁਦਾ ਸਾਰਿਆਂ ਦਾ ਹੈ ਤੇ ਤਾਜ ਮਹਿਲ ਸਾਰਿਆਂ ਦਾ ਹੈ। ਬਿਲਕੁਲ ਸਹੀ ਹੈ ਨਾ, ਅਸੀਂ ਸਾਰੇ ਖੁਦਾ ਦੇ ਤੇ ਖੁਦਾ ਸਾਡਾ ਸਾਰਿਆਂ ਦਾ। ਬਿਲਕੁਲ, ਸੋ ਤਾਜ ਮਹਿਲ ਵੀ ਜੇ ਖੁਦਾ ਦਾ ਹੈ ਜਾਂ ਤਾਜ ਮਹਿਲ ਦਾ ਮਾਲਕ ਜੇ ਖੁਦਾ ਹੈ ਤਾਂ ਦੈਟ ਮੀਨਸ ਉਹ ਸਾਡਾ ਸਾਰਿਆਂ ਦਾ। ਦੈਟ ਮੀਨਸ ਕੀ? ਇਹਦਾ ਮਤਲਬ ਉਹ ਸਾਡਾ ਸਾਰਿਆਂ ਦਾ। ਜਦੋਂ ਮੈਨੂੰ ਨਾ ਸਮਝ ਨਹੀਂ ਆਉਂਦੀ ਗੱਲ ਵੀ ਤੁਹਾਨੂੰ ਪਤਾ ਹੁੰਦਾ ਵੀ ਇਸ ਸਤਰ ਦੀ ਇਸ ਲਾਈਨ ਦੀ ਪੰਜਾਬੀ ਕੀ ਹੈ। ਲਾਈਨ ਨਹੀਂ, ਮੈਂ ਪਹਿਲਾਂ ਹੀ ਸਤਰ ਕਹਿਤਾ ਜਿਹਦੀ ਲਗਾ ਰਹੀ ਹਾਂ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਜਦੋਂ ਮੈਂ ਲਗਾਤਾਰਤਾ ਦੇ ਵਿੱਚ ਬੋਲਦੀ ਹਾਂ ਤੇ ਫਿਰ ਮੈਨੂੰ ਨਹੀਂ ਪਤਾ ਚੱਲਦਾ ਹੈ ਕਿ ਮੈਂ ਕੀ ਕਹਿ ਰਹੀ ਹਾਂ ਤੇ ਫਿਰ ਜਦੋਂ ਮੈਨੂੰ ਇੱਕਦਮ ਜਦੋਂ ਹੁਣ ਮੇਰੇ ਦਿਮਾਗ ਨੂੰ ਨਾ ਪਤਾ ਲੱਗਣ ਲੱਗ ਗਿਆ ਕਿ ਜਦੋਂ ਮੈਂ ਕੋਈ ਵੀ ਅੰਗਰੇਜ਼ੀ ਦਾ ਸ਼ਬਦ ਬੋਲਦੀ ਹਾਂ ਨਾਲ ਹੀ ਟੜਿੰਗ ਕਰਕੇ ਘੰਟੀ ਵੱਜਦੀ ਹੈ, ਨਾਲ ਹੀ ਫਟਾਫਟ ਨਹੀਂ 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 ਆ ਨਹੀਂ ਆ ਸੀ ਨਾਲ ਹੀ ਬਦਲ ਜਾਂਦੀ। ਇਹਨਾਂ ਅਸਲ ਦੇ ਵਿੱਚ ਇੱਕ ਹੋਰ ਖੁਲਾਸਾ ਕਰਨਾ ਚਾਹੁੰਦਾ ਵੀ ਇਹ ਪਿਛਲੇ 2-3 ਦਿਨਾਂ ਤੋਂ ਹਾਂਜੀ ਮੈਨੂੰ ਇਹ ਗੱਲ ਕਹਿ ਰਹੇ ਨੇ ਬਈ ਜਦੋਂ ਤੂੰ ਗੁੱਸੇ ਦੇ ਵਿੱਚ ਹੁੰਦਾ ਜਦੋਂ ਕੋਈ ਗੱਲ ਕਹਿਣੀ ਹੁੰਦੀ ਆ ਹਾਂਜੀ ਉਦੋਂ ਸ਼ਬਦਾਵਲੀ ਕੀ ਹੁੰਦੀ ਆ ਮਾੜਾ ਜਿਹਾ ਬੋਲ ਕੇ ਦੱਸੋ। ਜਦੋਂ ਨਾ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਵੇਂ ਬੋਲਦਾ। ਜਦੋਂ ਟੈਣਾ ਸਰ ਗੁੱਸੇ ਦੇ ਵਿੱਚ ਹੁੰਦੇ ਨੇ ਤੇ ਇਹ ਇਹਨਾਂ ਨੂੰ ਤੁਸੀਂ ਕੁਛ ਵੀ ਪੁੱਛ ਲਓ ਨਾ ਸਰ ਕਿ ਪੇਪਰ ਕਿੱਥੇ ਪਏ ਆ ਹੈ ਨਾ ਤੇ ਅੱਗੇ ਜਵਾਬ ਦੇਣਗੇ ਮੈਨੂੰ ਨਹੀਂ ਪਤਾ ਹੈ ਜਾਂ ਇਹਨਾਂ ਨੂੰ ਕਹਿ ਦਿਓ ਕਿ ਕੀ ਸਰ ਇਹ ਕੰਮ ਠੀਕ ਹੈ ਮੈਂ ਕਹਿ ਰਿਹਾ ਹਾਂ ਮੈਨੂੰ ਨਹੀਂ ਪਤਾ ਹੈ ਮੈਨੂੰ ਕਿਰਪਾ ਕਰਕੇ ਨਾ ਬੁਲਾਇਆ ਜਾਵੇ। ਘਰੇ ਸਬਜ਼ੀ ਚ ਲੂਣ ਘੱਟ ਹੁੰਦਾ ਕਿਵੇਂ ਬੋਲਦੇ ਹੋ ਇੱਕ ਵਾਰ ਦੱਸ ਦੋ। ਲੂਣ ਕਾਫੀ ਘੱਟ ਹੈ। ਕਿਸ ਗੱਲੋਂ ਘੱਟ ਹੈ? ਮੈਨੂੰ ਕੀ ਪਤਾ ਹੈ, ਘੱਟ ਹੈ ਦਾ ਮਤਲਬ ਘੱਟ ਹੈ। ਘੱਟ ਹੈ ਕੀ? ਅੱਜ ਬਿਜਲੀ ਨਹੀਂ ਆਈ? ਓਏ ਹੋਏ, ਕਿਉਂ ਨਹੀਂ ਆਈ? ਰਾਸ਼ਨ ਮੁੱਕਣ ਵਾਲਾ ਹੈ ਜਾਂ ਨਹੀਂ? ਨਹੀਂ, ਹਲੇ ਹੈ। ਬਸ ਠੀਕ ਹੈ। ਐਂ ਹੁੰਦੀਆਂ ਗੱਲਾਂ? ਐਂ ਕਿਵੇਂ ਹੁੰਦੀਆਂ? ਨਾਰਮਲ ਵੀ ਬੋਲ ਸਕਦੇ ਆਪਾਂ ਕਿ ਅੱਜ ਬੱਤੀ ਕਿਉਂ ਨਹੀਂ ਆਈ? ਬੱਤੀ ਕਿਉਂ ਨਹੀਂ ਆਈ? ਇਹ ਨਹੀਂ, ਹਾਂ ਬੱਤੀ ਕਿਉਂ ਨਹੀਂ ਆਈ? ਬੱਤੀ ਕਿਉਂ ਨਹੀਂ ਆਈ? ਥੋੜਾ ਥੋੜਾ ਨਾਰਮਲ ਹੋਣ ਦੀ ਕੋਸ਼ਿਸ਼ ਕਰੋ। ਬੱਤੀ ਕਿਉਂ ਨਹੀਂ ਆਈ? ਉਹ ਥੋੜਾ ਨਾਰਮਲ ਹੋਣ ਦੀ ਕੋਸ਼ਿਸ਼। ਬੱਤੀ ਨਹੀਂ ਆਈ? ਉਹ ਨਹੀਂ ਨਹੀਂ, ਉਹ ਚਲੋ ਆਈ ਨਹੀਂ ਹੁੰਦਾ। ਆਪਾਂ ਤਾਜ ਮਹਿਲ ਤੇ ਆ ਗਏ, ਬੱਤੀ ਆਈ ਜਾਂ ਨਹੀਂ ਆਈ ਉਹ ਬਾਅਦ ਦੀਆਂ ਗੱਲਾਂ। ਪੰਜਾਬ ਦੇ ਵਿੱਚ ਪਹਿਲਾਂ ਬਿਜਲੀ ਸੰਕਟ ਪੈਦਾ ਹੋਣ ਲੱਗਾ, ਪੰਜਾਬ ਦੇ ਵਿੱਚ ਜਦੋਂ ਝੋਨੇ ਦੀ ਫਸਲ ਸ਼ੁਰੂ ਹੋ ਜਾਣੀ ਹੈ ਉਸ ਤੋਂ ਬਾਅਦ ਬਿਜਲੀ ਦੇ ਕੱਟ ਬੜੇ ਲੰਮੇ ਲੰਮੇ ਲੱਗਣੇ ਆ। ਹੁਣ ਵੀ ਲੱਗ ਰਹੇ ਨੇ? ਹੁਣ ਵੀ ਲੱਗ ਰਹੇ ਆ ਕਿਉਂਕਿ ਸਾਰੀ ਬਿਜਲੀ ਪਿਛਲੀ ਸਰਕਾਰ ਨੇ ਪਾਕਿਸਤਾਨ ਨੂੰ ਵੇਚ ਦਿੱਤੀ ਸੀ। ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਨੇ, ਇਸ ਸਰਕਾਰ ਦੇ ਪਾਕਿਸਤਾਨ ਦੇ ਨਾਲ ਕਾਫੀ ਜ਼ਿਆਦਾ ਸਾਜ਼ਗਾਰ ਨੇ, ਉਹਨਾਂ ਦੇ ਬਿਜਲੀ ਦੇ ਸਨ ਐਤਕੀ ਹੋਰ ਹਨ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕੋਈ ਸਬੂਤ ਲੈ ਕੇ ਆਓ, ਕੋਈ ਕਾਗਜ਼ ਪੱਤਰ ਜਿਹਦੇ ਉੱਤੇ ਦਸਤਖਤ ਹੋਣ, ਪਰ ਹੁਣ ਜਦੋਂ ਫਿਰ ਸੁਣਵਾਈ ਹੋਈ ਤਾਂ ਸੁੰਨੀ ਵਕਫ ਬੋਰਡ ਆ ਜਿਹੜਾ ਉਹ ਢਿੱਲਾ ਜਾ ਪੈ ਗਿਆ। ਇਹਨਾਂ ਦੇ ਵੱਲੋਂ ਗੱਲ ਕਹੀ ਗਈ ਆ ਵੀ ਇਹ ਖੁਦਾ ਦਾ, ਵਾਹ, ਜਿਹੜੀ ਚੀਜ਼ ਸੁੰਨੀ ਵਕਫ ਬੋਰਡ ਦੇ ਨਾਂ ਤੇ ਹੋ ਜੇ ਉਹ ਖੁਦਾ ਦੀ ਹੁੰਦੀ ਹੈ। ਅੱਛਾ, ਸਾਨੂੰ ਕੋਈ ਇਤਰਾਜ਼ ਨਹੀਂ ਖੁਦਾ ਦੀ ਚੀਜ਼ ਦੇ ਉੱਤੇ ਤੇ ਕੋਈ ਸਬੂਤ ਨਹੀਂ ਪੇਸ਼ ਕਰ ਸਕੇ। ਸੋ ਇਹ ਪੁਰਾਤੱਤਵ ਵਿਭਾਗ ਦੇ ਕੋਲ ਰਹੂਗਾ। ਸੁੰਨੀ ਵਕਫ ਬੋਰਡ ਦੇ ਬਾਬਤ ਮਾਣਯੋਗ ਅਦਾਲਤ ਨੇ ਟਿੱਪਣੀ ਕੀਤੀ ਦੀਪਕ ਮਿਸ਼ਰਾ ਹੋਰਾਂ ਨੇ, ਉਹਨਾਂ ਨੇ ਕਿਹਾ ਵੀ ਅਦਾਲਤ ਦਾ ਵਕਤ ਐਵੇਂ ਜ਼ਾਇਆ ਨਾ ਕਰੋ। ਬਿਲਕੁਲ, ਅਸੀਂ ਕੋਈ ਨਾ ਕੋਈ ਛੁਰਲੀ ਛੱਡ ਦਿੰਦੇ ਆ ਕਿ ਇਹ ਫਲਾਣੇ ਦਾ ਜੀ, ਇਹ ਟਿੰਗੜੇ ਦਾ ਜੀ, ਇਹ ਟਿੰਗੜੇ ਦਾ। ਬਹੁਤ ਸਾਰੇ ਮਾਮਲੇ ਇਹੋ ਜਿਹੇ ਨੇ ਜਿਨ੍ਹਾਂ ਦੀ ਸੁਣਵਾਈ ਬਹੁਤ ਜ਼ਰੂਰੀ ਸੀ ਪਰ ਉਹ ਹੋ ਨਹੀਂ ਪਾਈ ਕਿਉਂਕਿ ਬਹੁਤ ਸਾਰੇ ਮਾਮਲੇ ਲਟਕੇ ਹੋਏ ਨੇ, ਹੈ ਨਾ। ਤਾਂ ਇੱਦਾਂ ਦੇ ਕੰਮ ਕਰ ਕਰਕੇ ਆਪਾਂ ਅਦਾਲਤਾਂ ਦਾ ਸਮਾਂ ਨਾ ਜ਼ਾਇਆ ਕਰਿਆ ਕਰੇ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਆਸ ਹੁੰਦੀ ਹੈ ਇਨਸਾਫ਼ ਦੀ ਉਹ ਉਹਨਾਂ ਨੂੰ ਜ਼ਰੂਰ ਇਨਸਾਫ਼ ਮਿਲੇ। ਮੈਨੂੰ ਪਤਾ ਮੈਂ ਆਸ ਉਮੀਦ ਕਹਿਣਾ ਸੀ, ਮੈਂ ਪਹਿਲਾਂ ਹੀ ਰੁਕ ਗਈ ਹਾਂ। ਸੋ ਉਹਨਾਂ ਨੂੰ ਜ਼ਰੂਰ ਇਨਸਾਫ਼ ਮਿਲੇ। ਬਾਕੀ ਚੱਕਰ ਇਹ ਹੈ ਕਿ ਦੁਨੀਆਂ ਦੇ ਵਿੱਚ ਤਾਂ ਸਾਰਾ ਕੁਛ ਹੀ ਖੁਦਾ ਦਾ ਹੈ, ਚਾਹੇ ਆਪਾਂ ਖੁਦਾ ਕਹਿ ਲਈਏ, ਰੱਬ ਕਹਿ ਲਈਏ, ਰਾਮ ਕਹਿ ਲਈਏ, ਪਰਮਾਤਮਾ ਕਹਿ ਲਈਏ, ਵਾਹਿਗੁਰੂ ਕਹਿ ਲਈਏ, ਹੈ ਤਾਂ ਇੱਕ ਹੀ ਨਾ। ਸਾਰਾ ਕੁਛ ਜ਼ਰਰਾ ਜ਼ਰਰਾ ਉਸ ਪਰਮਾਤਮਾ ਦਾ ਹੈ, ਹਰੇਕ ਚੀਜ਼, ਹਰੇਕ ਮਨੁੱਖ ਦੇ ਅੰਦਰ ਰੱਬ ਹੈ। ਤਾਂ ਪਹਿਲਾਂ ਹੀ ਫਿਰ ਇੱਦਾਂ ਦੀਆਂ ਗੱਲਾਂ ਕਰਨ ਦੀ ਲੋੜ ਕੀ ਸੀ?
ਤੁਸੀਂ ਪਹਿਲਾਂ ਕਿਉਂ ਨਹੀਂ ਸੋਚਿਆ? ਪਹਿਲਾਂ ਵੀ ਕਹਿ ਸਕਦੇ ਸੀ ਤਾਜ ਮਹਿਲ ਖੁਦਾ ਦਾ ਹੈ, ਸਹੀ ਹੈ, ਠੀਕ ਹੈ, ਸਾਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ, ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ, ਹੈ ਨਾ? ਸੋ ਇਹ ਇੰਨਾ ਭੰਬਲ ਭੂਸੇ ਚ ਪਾ ਕੇ, ਇੰਨਾ ਸਾਰਾ ਘੁੰਮ ਫਿਰਾ ਕੇ ਤੇ ਫਿਰ ਉਸੇ ਗੱਲ ਤੇ ਤੁਸੀਂ ਆ ਗਏ ਹੋ, ਇਹ ਗਲਤ ਗੱਲ ਹੈ, ਹੈ ਨਾ? ਵੀ ਜਿਹੜੀਆਂ ਚੀਜ਼ਾਂ ਜਿਵੇਂ ਚੱਲ ਰਹੀਆਂ ਨੇ ਸਮਾਜ 'ਚ, ਉਹਨਾਂ ਨੂੰ ਉਵੇਂ ਹੀ ਚੱਲਣ ਦਿੱਤਾ ਜਾਏ ਤਾਂ ਜ਼ਿਆਦਾ ਵਧੀਆ। ਲਓ ਜੀ, ਹੁਣ ਉਹ ਵੇਲਾ ਆ ਗਿਆ ਜਦੋਂ ਮੈਂ ਸਰਪ੍ਰਾਈਜ਼, ਜਿਹਨੂੰ ਤੁਸੀਂ ਕਹਿੰਦੇ ਹੁੰਦੇ ਆ, ਉਤਸੁਕਤਾ ਖਤਮ ਕਰਨ ਲੱਗਾ। ਕਿਉਰਿਓਸਿਟੀ ਹੁੰਦੀ ਆ ਉਹ, ਜੋ ਵੀ ਹੁੰਦੀ ਆ ਉਹ ਮੈਂ ਖਤਮ ਕਰਨ ਲੱਗਾ, ਠੀਕ ਆ। ਬੜੀ ਖੁਸ਼ੀ ਦੀ ਗੱਲ ਹੈ, ਅਤੇ ਇਹ ਸਾਲ ਦੇ ਵਿੱਚ ਇੱਕ ਵਾਰ ਦਿਨ ਆਉਂਦਾ ਹਰ ਕਿਸੇ 'ਤੇ, ਅਤੇ ਆਉਣਾ ਵੀ ਚਾਹੀਦਾ ਅਤੇ ਮਨਾਉਣਾ ਵੀ ਚਾਹੀਦਾ। ਕਈ ਲੋਕ ਇਹ ਸੋਚਦੇ ਆ ਕਿ ਮੇਰੀ ਜ਼ਿੰਦਗੀ ਦਾ ਇੱਕ ਸਾਲ ਘੱਟ ਗਿਆ, ਮੈਂ ਇਹਨੂੰ ਕਿਉਂ ਮਨਾਵਾਂ, ਅਤੇ ਕਈ ਜਿਹੜੇ ਹਾਂ ਪੱਖੀ ਸੋਚ ਵਾਲੇ ਹੁੰਦੇ ਆ, ਜਿਹੜੇ ਪੋਜ਼ਿਟਿਵ ਹੁੰਦੇ ਜਿਹਨੂੰ ਤੁਸੀਂ ਕਹਿੰਦੇ ਆ, ਉਹ ਕਹਿੰਦੇ ਵੀ ਜਿਵੇਂ ਪਿਛਲਾ ਵਰਾ ਜਾਂ ਹੁਣ ਤੱਕ ਦੀ ਕੁੱਲ ਉਮਰ ਵਧੀਆ ਤਰੀਕੇ ਨਾਲ ਗੁਜ਼ਰੀ ਆ, ਬਾਕੀ ਵੀ ਵਰੇ ਇਵੇਂ ਨਿਕਲਣ। ਬਿਲਕੁਲ ਠੀਕ, ਮੇਰੇ ਕਹਿਣ ਤੋਂ ਭਾਵ ਜੋ ਜੋ ਹੈ ਉਹ ਸਮਝ ਗਏ ਹੋਣਗੇ ਦਰਸ਼ਕ। ਅਤੇ ਖੁਸ਼ੀ ਦੀ ਗੱਲ ਇਹ ਆ ਵੀ ਅੱਜ ਹਰਮਨ ਸਿੰਧ ਹੋਰਾਂ ਦਾ ਜਨਮ ਦਿਨ। ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਥੈਂਕ ਯੂ ਸਾਡੇ ਵੱਲੋਂ ਅਤੇ ਸਾਰੀ ਟੀਮ ਦੇ ਵੱਲੋਂ, ਸਾਰੇ ਦਰਸ਼ਕਾਂ ਦੇ ਵੱਲੋਂ। ਅਸੀਂ ਚਾਹੁੰਦੇ ਹਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹਾਸਿਆਂ ਦੀ ਬਹਾਰ ਅਤੇ ਖੁਸ਼ੀਆਂ ਦੀ ਛਣਕਾਰ ਬਰਕਰਾਰ ਰਹੇ। ਵਾਹ, ਬਹੁਤ ਸੋਹਣੀਆਂ ਗੱਲਾਂ। ਅੱਜ ਨਾ ਜਦੋਂ ਸਵੇਰ ਦੇ ਵੇਲੇ ਕੁਸਮ ਸੋਨੀਆ ਹੋਰਾਂ ਨੇ ਫੋਨ ਕਰਕੇ ਕਿਹਾ ਵੀ ਕੀ ਤੁਹਾਨੂੰ ਪਤਾ ਕਿ ਅੱਜ ਹਰਮਨ ਸਿੰਧ ਹੋਰਾਂ ਦਾ ਜਨਮ ਦਿਨ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ। ਮੈਂ ਕਿਹਾ ਵੀ ਤੁਸੀਂ ਦੋਵੇਂ ਜਾਣੀਆਂ, ਕੁੱਲ ਔਰਤਾਂ ਦੀ ਗੱਲ ਕਰਦੀਆਂ ਪ੍ਰਾਈਮ ਵਿਮਨ ਦੇ ਵਿੱਚ, ਪਰ ਅੱਜ ਮੈਨੂੰ ਇਸ ਗੱਲ ਦੀ ਸੱਚੀ ਮੁੱਚੀ ਦਿਲੋਂ ਖੁਸ਼ੀ ਹੈ। ਮੈਂ ਸਰਸ਼ਾਰ ਹਾਂ ਇਸ ਗੱਲੋਂ। ਤੁਸੀਂ ਬਹੁਤ ਤਰੱਕੀ ਕੀਤੀ, ਬਹੁਤ ਤਰੱਕੀ ਕਰੋ, ਆਪਣੇ ਮਾਪਿਆਂ ਦਾ, ਆਪਣੇ ਪਿੰਡ ਦਾ, ਆਪਣੇ ਖੇਤਰ ਦਾ, ਆਪਣੇ ਕਿੱਤੇ ਦਾ ਨਾਂ ਹੋਰ ਰੋਸ਼ਨ ਕਰੋ। ਸ਼ੁਕਰੀਆ ਬਹੁਤ ਬਹੁਤ, ਮੈਂ ਤਹਿ ਦਿਲੋਂ ਸਾਰਿਆਂ ਦੀ ਸ਼ੁਕਰ ਗੁਜ਼ਾਰ ਹਾਂ, ਤੁਹਾਡੀ ਖਾਸ ਕਰਕੇ, ਅਤੇ ਨਾਲ ਦੀ ਨਾਲ ਅਮਨ ਭਾਅ ਜੀ, ਨਾਲ ਦੀ ਨਾਲ ਸਾਡੇ ਸਾਰੇ ਦਰਸ਼ਕ, ਕਿਉਂਕਿ ਉਹਨਾਂ ਦੇ ਕਰਕੇ ਹੀ ਅਸੀਂ ਹਾਂ ਜੇ ਅਸੀਂ ਅੱਜ ਇੱਥੇ ਬੈਠ ਕੇ ਗੱਲਬਾਤ ਕਰ ਰਹੇ ਹਾਂ, ਅਤੇ ਇਹ ਸਿਰਫ ਤੁਹਾਡੇ ਪਿਆਰ ਦਾ ਸਦਕਾ ਹੈ, ਹੋਰ ਕੁਛ ਨਹੀਂ ਹੈ। ਸੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਥੈਂਕ ਯੂ, ਸ਼ੁਕਰੀਆ ਕਿ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ, ਇੰਨੇ ਸਾਰੇ ਸੁਨੇਹੇ ਤੁਹਾਡੇ ਮਿਲੇ। ਛੋਟਾ ਜਿਹਾ ਖੁਲਾਸਾ ਹੋਰ ਦੱਸ ਦਿਓ, ਹਾਂਜੀ, ਕਿ 18 ਤਰੀਕ ਨੂੰ ਤੁਸੀਂ ਹਾਂਜੀ ਪੈਦਾ ਹੋਏ, ਹਾਂਜੀ, ਕਿੰਨੇ ਕੁ ਵਜੇ? ਸਵੇਰੇ 7:14। ਵਾਹ, ਤੇ ਮੇਰਾ ਜਿਹੜਾ ਜਨਮ ਦਿਨ ਹੈ ਨਾ, ਹਾਂਜੀ, ਮੈਂ 7:15 ਸ਼ਾਮ ਨੂੰ ਹੋਇਆ ਸੀ। ਕੀ ਬਾਤ ਹੈ! ਤੇ ਮੇਰੇ ਮਾਤਾ ਪਿਤਾ ਕੀ ਕਹਿੰਦੇ ਹੁੰਦੇ ਆ, ਹਾਂਜੀ, ਵੀ 7:15 ਖਬਰਾਂ ਆਉਂਦੀਆਂ ਸੀ ਦੂਰਦਰਸ਼ਨ ਤੇ, ਤੇਰੇ ਤੇ ਉਹਦਾ ਭੁੱਖਾ ਪੈ ਗਿਆ, ਤੇਰੇ ਤੇ ਉਹਦਾ ਅਸਰ ਪੈ ਗਿਆ। ਨਹੀਂ, ਇਹ ਗੱਲ ਉਹਨਾਂ ਦੀ ਸੱਚ ਹੋ ਸਕਦੀ, ਮਾਂ ਕਦੇ ਝੂਠ ਨਹੀਂ ਕਹਿੰਦੀ। ਨਹੀਂ, ਮੈਂ ਸਵੇਰੇ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਦੋਂ ਸਕੂਲ ਜਾਣ ਦਾ ਟਾਈਮ ਹੁੰਦਾ, ਬਿਲਕੁਲ ਸਹੀ ਵਕਤ ਦੇ ਉੱਤੇ ਪੈਦਾ ਹੋਈ, ਹੈ ਨਾ, ਬਿਲਕੁਲ ਸਹੀ ਸਮੇਂ ਦੇ ਉੱਪਰ। ਸੋ ਮੈਂ ਸਾਰਿਆਂ ਨੂੰ ਤਹਿ ਦਿਲੋਂ ਥੈਂਕ ਯੂ ਕਹਿੰਦੀ ਹਾਂ ਕਿ ਮੈਨੂੰ ਬਹੁਤ ਸਾਰੇ ਸੁਨੇਹੇ ਵੀ ਮਿਲੇ, ਅਤੇ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਉਹ ਸੁਨੇਹੇ ਮੇਰੇ ਤਾਈਂ ਪਹੁੰਚਾਏ, ਇਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਮੇਰੇ ਮਾਂ ਬਾਪ ਦਾ ਸ਼ੁਕਰੀਆ, ਜਿਨ੍ਹਾਂ ਨੇ ਮੈਨੂੰ ਇਸ ਦੁਨੀਆ ਦਿਖਾਈ, ਇਹ ਦੁਨੀਆ ਦਿਖਾਈ ਹੈ। ਸੋ ਨਾਲ ਦੀ ਨਾਲ ਅਮਨ ਭਾਅ ਜੀ ਦਾ, ਜਿਨ੍ਹਾਂ ਨੇ ਇਹ ਪਲੈਟਫਾਰਮ ਦਿੱਤਾ, ਤੁਸੀਂ, ਤੁਹਾਡਾ ਸਾਥ ਮਿਲਿਆ, ਇਹ ਬਹੁਤ ਵੱਡੀ ਗੱਲ ਹੈ। ਮਤਲਬ ਲੋਕ, ਜਦੋਂ ਮੈਂ ਵੇਖਦੀ ਹਾਂ ਕਿ ਲੋਕ ਤੁਹਾਡੇ ਨਾਲ ਗੱਲ ਕਰਨ ਦੇ ਲਈ ਤਰਸਦੇ ਨੇ, ਤੁਹਾਡੇ ਨਾਲ ਇੱਕ ਫੋਟੋ ਖਿਚਵਾਉਣ ਦੇ ਲਈ ਤਰਸਦੇ ਨੇ, ਅਤੇ ਮੈਂ ਹਰ ਰੋਜ਼ ਤੁਹਾਡੇ ਨਾਲ ਇੱਥੇ ਬੈਠ ਕੇ ਵਿਚਾਰ ਸਾਂਝੇ ਕਰਦੀ ਹਾਂ, ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਤੁਹਾਡਾ ਬੁੱਢਾਪਾ, ਤੁਸੀਂ ਇਹ ਗੱਲਾਂ ਕਹਿ ਰਹੇ ਹੋ ਕਿ ਮੈਂ ਨਹੀਂ, ਇਹ ਸੱਚਾਈ ਹੈ ਕਿ ਮੈਂ ਬਹੁਤ ਕਰਮ ਵਾਲੀ ਹਾਂ, ਕਿ ਮੈਂ ਤੁਹਾਡੀ ਸੰਗਤ ਦੇ ਵਿੱਚ ਹਾਂ, ਇੱਥੇ ਤੁਹਾਡੇ ਤੋਂ ਬਹੁਤ ਚੰਗੀਆਂ ਚੀਜ਼ਾਂ ਸਿੱਖ ਰਹੀ ਹਾਂ, ਅਤੇ ਤੁਹਾਡੇ ਤੋਂ ਬਹੁਤ ਸ਼ੁੱਧ ਪੰਜਾਬੀ ਸਿੱਖ ਰਹੀ ਹਾਂ, ਬਹੁਤ ਅਕਲ ਸਿੱਖ ਰਹੀ ਹਾਂ, ਜ਼ਿੰਦਗੀ ਜਿਉਣ ਦੇ ਸਲੀਕੇ ਸਿੱਖ ਰਹੀ ਹਾਂ, ਇਹਦੇ ਨਾਲੋਂ ਵੱਡੀ ਦਾਤ ਹੋਰ ਕੋਈ ਨਹੀਂ ਹੋ ਸਕਦੀ। ਫਿਰ ਆਪਾਂ ਹੁਣ ਇਹਦੀ ਕਰਕੇ ਸਮਾਪਤੀ ਜ਼ਰੂਰ, ਅਤੇ ਤੁਹਾਡੀ ਲੰਮੀ ਉਮਰ ਦੀ ਇੱਕ ਵਾਰ ਫਿਰ ਅਸੀਂ ਕਾਮਨਾ ਕਰਦੇ ਹਾਂ, ਅਤੇ ਜੋ ਅਖੀਰ ਦੇ ਉੱਤੇ ਸ਼ਬਦ ਵਰਤਦੇ ਹੁੰਦੇ ਵਰਤੋ, ਫਿਰ ਉਹ ਮੈਨੂੰ ਕਰਨੇ ਨਹੀਂ ਆਉਣੇ ਨਾ, ਉਹ ਆਹਾਂ ਸਾਰੇ ਢੰਗ ਤਰੀਕੇ ਨੇ ਜਿਹੜੇ ਵੀ ਸਾਡੇ WhatsApp ਦੇ ਉੱਤੇ ਆਉਂਦੇ ਰਹੋ ਜਾਂਦੇ ਰਹੋ। ਨਹੀਂ, ਮੈਂ ਤੁਹਾਡੇ ਲਈ ਇੱਕ ਤੋਹਫਾ ਲੈ ਕੇ ਆਈ ਸੀ, ਮੈਂ ਚਾਹੁੰਦੀ ਹਾਂ ਉਹ ਜ਼ਰੂਰ ਮੈਂ ਤੁਹਾਨੂੰ ਦੇ ਦਿਆਂ। ਮੇਰੇ ਲਈ? ਹਾਂ, ਕਿਉਂਕਿ ਜਨਮ ਦਿਨ ਸੀ ਮੇਰਾ, ਤੇ ਹਰੇਕ ਕਿਸੇ ਨੇ ਮੈਨੂੰ ਤੋਹਫਾ ਦੇਣਾ ਸੀ, ਤੇ ਮੈਂ ਸੋਚਿਆ ਮੈਂ ਤੁਹਾਡੇ ਲਈ ਤੋਹਫਾ ਲੈ ਕੇ ਆਵਾਂ। ਮੇਰੇ ਲਈ? ਹਾਂ, ਫਰਜ਼ ਸਾਡਾ ਬਣਦਾ, ਨਲਾਇਕੀ ਸਾਡੀ, ਨਹੀਂ ਅਸੀਂ ਤੁਹਾਡੇ ਲਈ ਕੇਕ ਨਹੀਂ ਲੈ ਕੇ ਆਂਦਾ। ਕੋਈ ਚੱਕਰ ਨਹੀਂ, ਅੱਜ ਮੈਂ ਕੁਝ ਨਵਾਂ, ਹਮੇਸ਼ਾ ਕੁਝ ਵੱਖਰਾ, ਕੁਝ ਨਵਾਂ ਕਰਤ ਪਾਉਣ ਲੱਗੇ ਹਾਂ, ਠੀਕ ਹੈ। ਲਓ ਜੀ, ਅੱਜ ਤੱਕ ਕੇਕ ਕੱਟਦੇ ਸਭ ਨੇ ਦੇਖਿਆ ਹੋਣਾ, ਇਹ ਪੀਜ਼ਾ ਕੱਟਿਆ ਜਾਣਾ, ਇਵੇਂ ਤੁਹਾਡੇ ਲਈ ਲੈ ਕੇ ਵੀ ਜਾਣਾ ਦੰਦਾਂ ਨਾਲ। ਲਓ ਜੀ, ਮੈਂ ਤੁਹਾਡਾ ਦਿਲੀ ਸ਼ੁਕਰ। ਇਹਦੇ ਉੱਤੇ ਉਹ ਸ਼ੰਗਣ ਮੰਗਣ ਪਾਉਂਦੇ ਹੁੰਦੇ ਆ, ਉਹ ਆਪਾਂ ਬਾਅਦ ਚ ਪਾਵਾਂਗੇ ਨਾ, ਹਲੇ ਸਮਾਂ ਹੋਈ ਜਾਂਦਾ ਪ੍ਰੋਗਰਾਮ ਸਮੇਟਣ ਦਾ। ਵੀ ਖਾਣਾ ਆਪਾਂ ਆਪੋ ਆਪਣਾ, ਹਾਂ ਠੀਕ ਆ, ਕਿਸੇ ਦੇ ਹੱਕ ਤੇ ਡਾਕਾ ਨਹੀਂ ਮਾਰਨਾ। ਦੇਖੋ, ਇਹ ਮੈਂ ਨਾ ਜਾਣ ਬੁੱਝ ਕੇ ਚੱਲਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਈ ਹਾਂ, ਤਾਂ ਜੋ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਮੈਂ ਪਾਰਟੀ ਦਿੱਤੀ। ਜਿਹੜੇ ਸਾਡੇ ਸਾਥੀ ਨੇ
ਦਫ਼ਤਰ 'ਚ ਕੰਮ ਕਰਨ ਵਾਲੇ ਉਹ ਸਾਰੇ ਅੱਜ ਛਕਣਗੇ, ਉੱਤੋਂ ਬੱਤਾਂ ਪੀਣਗੇ। ਅੱਛਾ ਇੱਕ ਚੀਜ਼ ਹੋਰ, ਬੱਤਾਂ ਤਾਂ ਪੀਣਗੇ। ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਤਾ, ਪਰ ਮੈਂ ਕੁਸਮ ਸੋਨੀਆ ਜੀ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਨੇ ਅੱਜ ਤੜਕੇ ਤੜਕੇ ਮੈਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਵੀ ਦਿੱਤਾ। ਉਹ ਮੇਰੇ ਘਰ ਆ ਗਏ ਕੇਕ ਲੈ ਕੇ, ਅਤੇ ਮੈਨੂੰ ਬਿਲਕੁਲ ਨਹੀਂ ਸੀ ਪਤਾ ਇਸ ਚੀਜ਼ ਦਾ, ਸੋ ਮੈਂ ਬਹੁਤ ਖੁਸ਼ ਹੋਈ ਹਾਂ, ਅਤੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ। ਬਿਲਕੁਲ, ਮੈਂ ਉਹਨਾਂ ਨੂੰ ਬਹੁਤ ਨੇਕ ਨੇ ਹੋ ਤੇ ਤੁਹਾਡੀ ਜਿਹੜੀ ਸੋਚ ਤੇ ਸੁਰ ਰਲਦੀ ਹੈ ਨਾ, ਉਹ ਵੀ ਕਮਾਲ ਆ। ਵੀ ਆਰ ਸਿਸਟਰਸ ਫਰਮ ਅਨਦਰ ਮਦਰ। ਹਾਂਜੀ, ਅਸੀਂ ਅਲੱਗ-ਅਲੱਗ ਮਾਵਾਂ ਤੋਂ ਜੰਮੀਆਂ ਹੋਈਆਂ ਭੈਣਾਂ। ਅੱਛਾ, ਕਲਬੂਤ ਭਾਵੇਂ ਦੋ ਆ, ਜਾਨ ਇੱਕ ਹੀ ਆ। ਬਿਲਕੁਲ ਠੀਕ ਹੈ, ਸੋ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੀ ਹਾਂ। ਬਾਕੀ ਸਾਡੀ ਐਡੀਟਿੰਗ ਟੀਮ, ਸਾਡੇ ਕੈਮਰਾਮੈਨ, ਸਾਡੇ ਪੂਰਾ ਪਰਿਵਾਰ, ਪ੍ਰਾਈਮ ਏਸ਼ੀਆ ਟੀਵੀ ਦਾ ਪੂਰਾ ਪਰਿਵਾਰ, ਉਹਨਾਂ ਸਾਰਿਆਂ ਦਾ ਥੈਂਕ ਯੂ। ਮੈਂ ਇਧਰ ਰੁਝੇਵੇਂ ਚ ਹਾਂ ਸਰ, ਉਹਨੇ ਸੋ ਫਿਲਹਾਲ ਦੇ ਲਈ ਪ੍ਰੋਗਰਾਮ ਸਮੇਟਣਾ ਪਏਗਾ, ਤੁਹਾਡੇ ਸਾਰਿਆਂ ਦੇ ਲਈ ਪਾਰਟੀ ਡਿਊ ਹੈ, ਜਦੋਂ ਮਰਜ਼ੀ ਆ ਕੇ ਲੈ ਸਕਦੇ ਹੋ। ਸੋ ਫਿਲਹਾਲ ਦੇ ਲਈ ਅਸੀਂ ਦੋਵੇਂ ਚੱਲਦੇ ਹਾਂ ਜੀ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ, ਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ ਤੇ ਵੀ ਅਸੀਂ ਅਵੇਲੇਬਲ ਹਾਂ, ਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।